ਸ਼ਮਾਦਾਨ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਵਰਨ ਸਿੰਘ ਦਾਨੇ ਵਾਲੀਆ ਤੁਹਾਡੇ ਨਾਲ ਇਸ ਵਕਤ ਬਠਿੰਡਾ ਦੇ ਸਟੂਡੀਓ ਤੋਂ ਤੁਹਾਡਾ ਲਾਈਵ ਹੈ ਜੀ। ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਸਵਾਗਤ ਹੈ। ਖੁਸ਼ਾਮਦੀਦ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਕੀਤਾ ਜੀ ਪਿੰਡ ਭੈਣੀ ਵੜਿੰਗਾ ਜ਼ਿਲ੍ਹਾ ਲੁਧਿਆਣਾ ਦੇ ਸਾਡੇ ਸਤਿਕਾਰਤ ਲਿਸਨਰਸ ਵੱਲੋਂ ਅਤੇ ਜਗਜੀਤ ਸਿੰਘ ਲੰਡਨ ਹੋਰਾਂ ਵੱਲੋਂ। ਵਿਸ਼ੇਸ਼ ਤੌਰ 'ਤੇ ਮੈਂ ਧੰਨਵਾਦੀ ਹਾਂ ਜੀ ਹਾਂਗਕਾਂਗ ਤੋਂ ਬਾਈ ਜੀ ਤਰਸੇਮ ਸਿੰਘ ਹੋਰਾਂ ਦਾ, ਜਿਨ੍ਹਾਂ ਨੇ ਰੇਡੀਓ ਪੰਜਾਬ ਟੂਡੇ ਨੂੰ ਮਾਣ ਸਤਿਕਾਰ ਭੇਜਿਆ। ਸੋ ਧੰਨਵਾਦੀ ਹਾਂ ਜੀ ਬਾਈ ਜੀ ਸ਼ਾਹਬਾਜ਼ ਸਰਾਂ ਪਿੰਡ ਮੁਰਾਦ ਵਾਲਾ, ਅੱਜ ਕੱਲ੍ਹ ਕੈਲਗਰੀ 'ਚ ਨੇ ਉਹਨਾਂ ਦੇ, ਬਾਈ ਜੀ ਤ੍ਰਿਪਤੀਪਾਲ ਸਿੰਘ ਜੀ ਸਟੋਕਟਨ ਤੋਂ, ਸਰਦਾਰ ਕੁਲਤਾਰ ਸਿੰਘ ਸੰਘੇੜਾ ਸਰੀ ਤੋਂ। ਇਹਨਾਂ ਸਾਰਿਆਂ ਦੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਰੇਡੀਓ ਪੰਜਾਬ ਟੂਡੇ ਨੂੰ ਹਮੇਸ਼ਾ ਹੀ ਸਹਿਯੋਗ ਦਿੱਤਾ। ਬਾਈ ਜੀ ਬਲਵੀਰ ਸਿੰਘ ਉਸਮਾਨਪੁਰ ਖਾਸ ਕਰਕੇ ਰੇਡੀਓ ਪੰਜਾਬ ਟੂਡੇ ਨੂੰ ਤਵੱਜੋ ਦਿੰਦੇ ਨੇ। ਸੋ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ। ਮੇਰੇ ਨਾਲ ਜੁੜਨਗੇ ਸਰਦਾਰ ਜਸਵੀਰ ਸਿੰਘ ਪੱਟੀ, ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਏ 'ਚ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਿਹਾ ਜੀ। ਪੰਜਾਬੀ ਅਤੇ ਇੰਗਲਿਸ਼ ਡਿਸਪੈਚ ਕਰਦੇ ਨੇ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਦੇ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਲਈ ਜਾਣੇ ਪਹਿਚਾਣਿਆ ਨਾਂ ਜੀ ਗੁਰਿੰਦਰ ਗਰੇਵਾਲ ਹੋਰਾਂ ਦਾ, ਸੈਟਲ ਦੇ ਵਿੱਚ ਫੋਨ ਨੰਬਰ 2069415454। ਆਲ ਟਾਈਪਸ ਆਫ ਅਕਾਊਂਟਸ, ਬੁੱਕ ਕੀਪਿੰਗ, ਪੇਰੋਲ ਅਤੇ ਹੋਰ ਕੋਈ ਵੀ ਤੁਸੀਂ ਟੈਕਸਿਸ ਜਾਂ ਅਕਾਊਂਟਸ ਦੇ ਰਿਲੇਟਡ ਕੋਈ ਤੁਹਾਨੂੰ ਮੁਸ਼ਕਿਲ ਆਈ ਹੈ ਤਾਂ ਹਮੇਸ਼ਾ ਯਾਦ ਰੱਖੋ ਮਿੰਦਰ ਸਿੰਘ ਸੋਹਲ ਅਤੇ ਲੋਕਪਾਲ ਸਿੰਘ ਸੋਹਲ ਹੋਰਾਂ ਨੂੰ। ਐਕੂਰੇਟ ਅਕਾਊਂਟਸ ਐਂਡ ਟੈਕਸਿਸ ਦੇ ਨਾਂ 'ਤੇ ਇਹਨਾਂ ਦਾ ਬਿਜ਼ਨਸ ਹੈ ਜੀ। ਲੋਕੇਸ਼ਨ ਹੈ 2491510104 Avenue ਕੈਂਟ ਵਾਸ਼ਿੰਗਟਨ ਦੇ ਵਿੱਚ। ਬੇਝਿਜਕ ਹੋ ਕੇ ਪੰਜਾਬੀ 'ਚ ਗੱਲਬਾਤ ਕਰੋ। ਸਪਾਈਸ ਵਿਲੇਜ ਇੰਡੀਅਨ ਰੈਸਟੋਰੈਂਟ 2360910104 Avenue ਕੈਂਟ 'ਤੇ ਹੈ ਜੀ। ਮੱਖਣ ਨਾਗਰਾ ਹੋਰਾਂ ਤੋਂ ਤੁਸੀਂ ਕੈਟਰਿੰਗ ਵੀ ਕਰਵਾ ਸਕਦੇ ਹੋ, ਉਹਨਾਂ ਦੇ ਇਸ ਰੈਸਟੋਰੈਂਟ ਤੋਂ ਤੁਸੀਂ ਔਨਲਾਈਨ ਫੂਡ ਡਿਲੀਵਰੀ ਵੀ ਮੰਗਾ ਸਕਦੇ ਹੋ ਅਤੇ ਡਾਈਨ ਇਨ ਵੀ ਕਰ ਸਕਦੇ ਹੋ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ, ਇਹ ਮਾਹਿਰ ਨੇ ਜੀ ਰੀਫਰ ਦੀ ਹਰ ਤਰ੍ਹਾਂ ਦੀ ਰਿਪੇਅਰ ਦੇ ਲਈ। ਇਸ ਤੋਂ ਇਲਾਵਾ ਇਹਨਾਂ ਕੋਲ ਬੜੀਆਂ ਐਡਵਾਂਸ ਮਸ਼ੀਨਾਂ ਨੇ ਟਾਇਰ ਬੈਲੈਂਸਿੰਗ ਅਤੇ 3XL ਅਲਾਈਨਮੈਂਟ ਦੇ ਲਈ, ਆਇਲ ਚੇਂਜ, ਡੈਫ ਕਲੀਨਿੰਗ, DOT ਸੇਫਟੀ, ਟੋ ਟਰੱਕ, ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 8043728800 'ਤੇ। ਲੋਕੇਸ਼ਨ ਇਹਨਾਂ ਦੀ 10224 ਰੈਜੀਡੈਂਸੀ ਰੋਡ, ਮਨਾਸਸ ਹਾਈਵੇ 66 ਐਗਜ਼ਿਟ 43 ਤੋਂ ਬਿਲਕੁਲ ਨਾਲ ਨੇ ਜੀ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ ਇੰਡੀਅਨ ਐਪਲਿਸ 'ਚ ਇਹਨਾਂ ਦੀ ਲੋਕੇਸ਼ਨ ਹੈ 1315 ਵੈਸਟਰਨ ਆਨ ਐਵੀਨਿਊ। ਹਰ ਵਕਤ ਇਹਨਾਂ ਕੋਲ ਬ੍ਰੈਂਡ ਨਿਊ ਅਤੇ ਯੂਜ਼ ਟਾਇਰ ਮਿਲਦੇ ਨੇ। ਟੋ ਟਰੱਕ ਇਹਨਾਂ ਕੋਲ ਹੈ ਜੀ। ਬਾਕੀ ਤੁਸੀਂ ਕਿਸੇ ਤਰ੍ਹਾਂ ਦੀ ਰਿਪੇਅਰ ਕਰਾਉਣੀ ਹੈ, ਸੈਮੀ ਟ੍ਰੇਲਰ ਦੀ, ਏ ਸੀ ਵਰਕ, ਬਾਡੀ ਵਰਕ, ਤਾਂ ਹਮੇਸ਼ਾ ਯਾਦ ਰੱਖੋ ਇਹਨਾਂ ਨੂੰ 317-979-7205 ਅਤੇ 6612045818 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਨੇ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਜੀ। ਅਤੇ ਪੱਟੀ ਸਾਹਿਬ ਇੱਕ ਲੱਕੜਹਾਰਾ ਸੀ, ਪੁਰਾਣੀ ਕਹਾਣੀ ਹੈ ਉਹਦਾ, ਕਿਤੇ ਲੱਕੜ ਵੱਢਦੇ ਦਾ ਕੁਹਾੜਾ ਜਿਹੜਾ ਜੀ ਉਹ ਵਿੱਚ ਦਰਿਆ 'ਚ ਡਿੱਗ ਪਿਆ ਅਤੇ ਉਦੋਂ ਕਹਿੰਦੇ ਕੋਈ ਪ੍ਰਗਟ ਹੋਇਆ, ਕਹਿੰਦਾ ਵੀ ਕੀ ਮੰਗਣਾ ਹੈ, ਸੋਨੇ ਦਾ ਹੋਰ, ਉਹ ਵਾਰੀ ਵਾਰੀ ਸਿੱਟਦਾ ਗਿਆ ਅਤੇ ਅਖੀਰ ਉਹਨੇ ਆਪਦਾ ਜਿਹੜਾ ਕੁਹਾੜਾ ਵੀ ਮੂਲ ਰੂਪ 'ਚ ਗੁਆ ਲਿਆ। ਅਤੇ ਅਜਿਹਾ ਹੀ ਲੱਕੜਹਾਰਾ ਜਿਹੜਾ ਜੀ ਉਹਨੂੰ ਵਿਜੀਲੈਂਸ ਨਹੀਂ ਟਿਕਣ ਦਿੰਦੀ ਸਾਡੇ ਪੰਜਾਬ ਦਾ। ਵੇਖੋ ਇਹ ਲੱਕੜਹਾਰਾ ਜਿਹੜਾ ਵਾ, ਪਿੱਛੇ ਜੇ ਜਦੋਂ ਇਹ ਲੱਕੜਹਾਰਾ ਫੜਿਆ ਗਿਆ ਸੀਗਾ ਦਰਖਤਾਂ ਦੀ ਸੇਲ ਪਰਚੇਜ ਦੇ ਮਾਮਲੇ ਦੇ ਵਿੱਚ, ਤੇ ਜੇਲ੍ਹ 'ਚ ਵੜਿਆ ਕਾਫੀ ਦੇਰ, ਤੇ ਨਾ ਤਾਂ ਉਹਦਾ ਸਾਧੂ ਸਿੰਘ ਧਰਮ ਸਿੰਘ ਧਰਮ ਸੋਤ ਹੈ, ਨਾ ਉਹ ਸਾਧੂ ਅਤੇ ਨਾ ਉਹਦੇ ਕੋਲ ਧਰਮ ਨਾਲ ਦੀ ਕੋਈ ਗੱਲ ਲੱਗਦੀ। ਹੁਣ ਉਸ ਜਵਾਨ ਨੇ ਜਦੋਂ ਫੜਿਆ ਗਿਆ ਇਹਨੂੰ ਉਸ ਟਾਈਮ ਦੇ ਉੱਤੇ, ਤੇ ਹੁਣ ਫਿਰ ਦੁਬਾਰਾ ਫੜਿਆ ਗਿਆ ਜੀ। ਜਿਹੜਾ ਪਹਿਲਾਂ ਫੜਿਆ ਗਿਆ ਸੀ ਉਹ ਲੱਕੜਾਂ ਵੇਚਣ ਦੇ ਮਾਮਲੇ ਵਿੱਚ, ਜਿਹੜੇ ਉਹਨਾਂ ਜੰਗਲ ਦੇ ਵਿੱਚ ਲੱਕੜਾਂ ਵੇਚੀਆਂ ਸੀਗੀਆਂ ਬਕਾਇਦਾ ਤੌਰ ਤੇ, ਇੱਕ ਦਰਖਤ ਦੇ ਵਾਲੇ ਕੋਲੋਂ 500 ਰੁਪਇਆ ਲੈਂਦੇ। ਅੱਛਾ ਜੀ। ਤੇ ਲੱਖਾਂ ਦਰਖਤ ਵੇਚੇ ਸੀ, 500 ਰੁਪਇਆ ਸਿਰਫ ਮਿਨਿਸਟਰ ਦਾ ਸੀ, ਬਾਕੀ ਕਿਹਦਾ ਕਿਹਦਾ ਸੀ ਉਹ ਵੱਖੋ ਵੱਖਰੇ ਹੈਗੇ ਸੀ। ਉਹਨਾਂ ਨੂੰ ਪੁੱਛ ਪੜਤਾਲ ਕਿਉਂ ਨੀ ਕੀਤੀ, ਉਹਦਾ ਅਫਸਰ ਕਿਉਂ ਨੀ ਪੁੱਛਿਆ ਗਿਆ, ਕੱਲੇ ਮੰਤਰੀ ਦਾ ਕਸੂਰ ਕੀ ਹੋ ਗਿਆ ਜੀ? ਆਉਣ ਵਾਲੇ ਦਿਨਾਂ ਚ ਇਸ਼ੂ ਬਣੇਗਾ, ਇਸ਼ੂ ਇਹ ਬਣੇਗਾ ਵੇਖੋ ਜੀ ਦਲਿਤ ਆ ਤਦ ਪਰੇਸ਼ਾਨ ਕੀਤਾ ਜਾ ਰਿਹਾ, ਉਹਦਾ ਬਣਾਈ ਇਸ਼ੂ ਬਣਦਾ ਠੀਕ ਹੈ ਨਾ। ਹੁਣ ਐਤਕੀ ਜਦੋਂ ਨੂੰ ਫੜਿਆ ਗਿਆ ਇਹਨੂੰ ਇਹ ਹੈ ਵੀ ਇਹਨੇ ਆਪਣੇ ਸੋਰਸਾਂ ਤੋਂ ਵੱਧ ਜਿਹੜੀ ਆ ਉਹ ਜਾਇਦਾਦ ਬਣਾਈ ਜੀ।
2016 ਤੋਂ ਲੈ ਕੇ ਤੇ 2022 ਤੱਕ ਜਿਹੜੇ ਇਹਦੇ ਆਪਣੇ ਸਾਰੇ ਸੋਰਸ ਆ ਉਹਦੇ ਹਿਸਾਬ ਨਾਲ 2,37,12,596 ਰੁਪਈਏ ਤੇ 48 ਪੈਸੇ ਦੀ ਜਾਇਦਾਦ ਦੇਣੀ ਹੈ ਜੀ। ਲੇਕਿਨ ਜਿਹੜੀ ਜਾਇਦਾਦ ਬਣੀ ਆ ਉਹ 8,76,30,888.87 ਪੈਸੇ ਦੀ ਜੀ। ਇਹਦਾ ਮਤਲਬ 6,39,18,292 ਰੁਪਈਏ ਤੇ 39 ਪੈਸੇ ਜਾਇਦਾਦ 2 ਨੰਬਰ ਤੇ ਬਣੀ ਜੀ। ਉਹਦੀ ਛਾਣਬੀਣ ਬਕਾਇਦਾ ਤੌਰ ਤੇ ਵਿਜੀਲੈਂਸ ਨੇ ਕੀਤੀ ਆ ਵੀ ਇਹ 2 ਨੰਬਰ ਦਾ ਧੰਦਾ ਤੂੰ ਕੀਤਾ ਵਾ, ਇਹ ਪੈਸੇ ਤੇਰੇ ਕੋਲ ਕਿੱਥੋਂ ਆਏ। ਤੇ ਉਸ ਕੇਸ ਦੇ ਵਿੱਚ ਕੱਲ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜੀ। ਵੈਸੇ ਬੜਾ ਮਾਹੌਲ ਆਦਮੀ ਹੈ, ਜਦੋਂ ਸਰਦਾਰ ਬੇਅੰਤ ਸਿੰਘ ਦੀ ਸਰਕਾਰ ਸੀ ਉਦੋਂ ਵੀ ਚਰਚਾ ਚੱਲਿਆ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਚਰਚਾ ਰਿਹਾ। ਜਦੋਂ ਐਤਕੀ ਸਰਕਾਰ ਆਈ ਹੈ ਤੁਹਾਨੂੰ ਪਤਾ ਹੋਵੇ ਉਹ ਜਿਹੜੇ ਮਨਰੇਗਾ ਦੇ ਪੈਸੇ ਸੀ ਕਾਫੀ ਰੌਲਾ ਪਿਆ ਜੀ। ਇਹ ਕਹਿੰਦਾ ਸੀ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ, ਤੇ ਜਦੋਂ ਉਹਦੀਆਂ ਫਾਈਲਾਂ ਤਿਆਰ ਕੀਤੀਆਂ ਸੀ ਤੇ ਮੁੜ ਕੇ ਜਾ ਕੇ ਗੋਡੇ ਟੇਕ ਤੇ ਮੁੱਖ ਮੰਤਰੀ ਸਾਹਿਬ ਕੋਲ, ਮੈਂ ਤਾਂ ਤੁਹਾਡਾ ਜਵਾਬਦਾਰ ਹੈ ਜੀ, ਵਫ਼ਾਦਾਰ ਹੈ, ਬਚਾ ਲਓ ਮੈਨੂੰ। ਉਹਨੇ ਵੀ ਕਿਹਾ ਚਲੋ ਆਪਣਾ ਕਮਾਊ ਪੁੱਤ ਬਚਾ ਲਏ ਜੀ। ਲੇਕਿਨ ਉਦੋਂ ਤੇ ਬਚ ਗਿਆ ਤੇ ਹੁਣ ਇਹ ਕਾਬੂ ਆ ਗਿਆ। ਇਹਦਾ ਅੱਜ ਬਕਾਇਦਾ ਤੌਰ ਤੇ ਵਿਜੀਲੈਂਸ ਨੇ ਅਦਾਲਤ ਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਤੇ ਹੁਣ ਪੁਲਿਸ ਵਾਲੇ ਕਹਿੰਦੇ ਵੀ ਇਹ ਹੁਣ ਦੱਸੇਗਾ ਕਿ ਕਿੱਥੋਂ ਪੈਸੇ ਕਿਵੇਂ ਆਏ ਜੀ। ਕਈਆਂ ਨੂੰ ਤੇ ਅਦਾਲਤਾਂ ਨੇ ਬੇਲਾਂ ਦਿੱਤੀਆਂ ਤੇ ਉਹ ਆਪਣੇ ਘਰਾਂ ਨੂੰ ਚਲੇ ਗਏ ਤੇ ਸਾਧੂ ਸਿੰਘ ਧਰਮਸੋਤ ਨੂੰ ਨਾ ਕਿਸੇ ਨੇ ਪਹਿਲਾਂ ਬੇਲ ਦਿੱਤੀ ਸੀ ਨਾ ਹੁਣ ਬੇਲ ਦੇਣੀ, ਹੁਣ ਫਿਰ ਵਿਚਾਰਾ ਜੇਲ ਜਰੂਰ ਇੱਦਾਂ ਨੀ ਪਤਾ ਕੀ ਹੈਗਾ। ਹੁਣ ਤੇ ਕਹਿੰਦੇ ਆ ਵੀ ਹੋਰ ਕਿਹੜਾ ਕਿਹੜਾ ਜੀ ਜੀ ਵਿਜੀ ਦੇ ਜਿਹੜੇ ਵਾਕਫ ਕਰ ਉਹਨਾਂ ਨੂੰ ਫੋਨ ਕਰਕੇ ਕਾਂਗਰਸ ਪੁੱਛਦੇ ਯਾਰ ਮੇਰਾ ਨਾਥ ਨੀ ਕਿਤੇ ਵੀ ਹੈਗਾ, ਯਾਰ ਮੇਰਾ ਨਾਥ ਨੀ ਕਿਤੇ ਵੀ ਹੈਗਾ। ਇਸ ਕਰਕੇ ਸਾਧੂ ਸਿੰਘ ਧਰਮਸੋਤ ਤੇ ਸੰਕਟ ਦੇ ਬੱਦਲ ਬਿਠਾ ਰਹੇ ਨੇ ਤੇ ਉਹਨੂੰ ਹੁਣ ਦੱਸਣਾ ਪਊਗਾ ਵੀ 6,37,40,00,000 ਰੁਪਇਆ, ਕਰੀਬ 40 ਲੱਖ ਰੁਪਇਆ ਕਿੱਥੋਂ ਆਇਆ, ਕਿਹੜੇ ਕਿਹੜੇ ਪਾਸੇ ਗਿਆ ਤੇ ਕਦੋਂ ਆਇਆ ਤੇ ਕੀ ਆਇਆ ਜੀ। ਚਲੋ ਹਿਸਾਬ ਕਿਤਾਬ ਤਾਂ ਅਗਲੇ ਨੇ ਜਦੋਂ ਚੜ ਜਾਂਦਾ ਡਿੱਕੇ ਜੀ ਡਾਢਿਆਂ ਨੇ ਲੈ ਹੀ ਲੈਣਾ, ਬਿਲਕੁਲ ਲੈਣਾ, ਪਰ ਡਾਢਿਆਂ ਤੋਂ ਵੀ ਲੈਣ ਨਾ ਤਾਂ ਗੱਲ ਹੈ, ਡਾਢਿਆਂ ਤੋਂ ਲੈਣ ਤਾਂ ਗੱਲ ਬਣਦੀ ਹੈ ਤੇ ਬਿਲਕੁਲ ਠੀਕ ਹੈ ਜੀ। ਕਹਿੰਦੇ ਜੀ ਸ਼ਮਸ਼ਾਨ ਘਾਟ 'ਚ ਸ਼ਨਾਈਆਂ 'ਤੇ ਭੰਗੜੇ ਪੈਣ ਲੱਗ ਪਏ। ਪਹਿਲਾਂ ਮੈਂ ਇਹੀ ਦੇਖਿਆ ਸੀ ਇੱਕ ਬਾਬੇ ਦਾ ਜਿਹੜਾ ਭੋਗ ਕੀ ਕਹਿੰਦੇ ਐਨ ਦਾਰੂ ਦੂਰੂ ਪੀ ਕੇ ਬਣਾਇਆ ਸੀ ਜੀ ਜੀ ਜੀ। ਇਹ ਕਿੱਥੋਂ ਦੀ ਘਟਨਾ ਹੈ? ਨਹੀਂ ਇਹ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟ ਮੁਕਮਪੁਰਾ ਜੀ। ਉਸ ਮੁਕਮਪੁਰੇ ਦੇ ਵਿੱਚ ਦਾਦੀ ਪੋਤੀ ਤੇ ਦਾਦਾ ਗਰੀਬ ਆਦਮੀ ਸ਼ਮਸ਼ਾਨ ਘਾਟ ਦੇ ਵਿੱਚ ਰਹਿੰਦੇ ਜੀ, ਹੋਰ ਕੋਈ ਟਿਕਾਣਾ ਨਹੀਂ ਸੀ ਤੇ ਪਿੱਛੇ ਜੇ ਦਾਦੇ ਦੀ ਡੈਥ ਹੋ ਗਈ ਤੇ ਹੁਣ ਦਾਦੀ ਤੇ ਪੋਤੀ ਰਹਿੰਦੇ ਜੀ, ਕੁੜੀ ਮੁਟਿਆਰ ਹੋ ਗਈ। ਇਲਾਕੇ ਦੇ ਲੋਕਾਂ ਨੇ ਸੋਚਿਆ ਵੀ ਇਹਦੀ ਹੁਣ ਸ਼ਾਦੀ ਕੀਤੀ ਹੈ ਜੀ, ਤੇ ਉਹਨਾਂ ਨੇ ਕਿਹਾ ਵੀ ਭਾਈ ਆਮ ਤੌਰ ਤੇ ਇਹ ਹੁੰਦਾ ਵੀ ਹਮੇਸ਼ਾ ਹੀ ਪੈਲਸਾਂ ਦੇ ਵਿੱਚ ਸ਼ਾਦੀਆਂ ਹੁੰਦੀਆਂ ਨੇ, ਘਰਾਂ 'ਚ ਹੁੰਦੀਆਂ ਨੇ ਜੀ, ਇਹਨਾਂ ਦਾ ਘਰ ਤਾਂ ਵਿਚਾਰੇ ਗਰੀਬਾਂ ਦਾ ਇਹੀ ਹੈ, ਸ਼ਮਸ਼ਾਨ ਘਾਟ ਹੀ। ਉੱਥੇ ਬਕਾਇਦਾ ਤੌਰ ਤੇ ਪੰਡਾਲ ਸਜਾਇਆ ਗਿਆ, ਬਕਾਇਦਾ ਤੌਰ ਤੇ ਸ਼ਾਦੀ ਕੀਤੀ ਗਈ, ਟੂਟੀਆਂ ਵਾਜੇ ਵਜਾਏ ਗਏ, ਭੰਗੜੇ ਪਾਏ ਗਏ, ਇਲਾਕੇ ਦੇ ਲੋਕਾਂ ਨੇ ਪੂਰੀ ਸ਼ਾਨੋ ਸ਼ੌਕਤ ਨਾਲ ਸਾਰੇ ਖਾਣੇ ਦਾ ਪ੍ਰਬੰਧ ਕੀਤਾ, ਉਹਦਾ ਜੋ ਦਾਜੋਰੀ ਦਾ ਪ੍ਰਬੰਧ ਕੀਤਾ ਉਹ ਕੁੜੀ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਇਲਾਕੇ ਦੀ ਧੀ ਬਣਾ ਕੇ ਦੋ ਜੀ, ਚੰਗੀ ਗੱਲ ਜੇ ਉਹਨਾਂ ਨੇ ਇਹ ਕੰਮ ਕੀਤਾ ਤੇ ਅਸੀਂ ਸੋਚਦੇ ਵੀ ਅੱਗੇ ਵੀ ਗਰੀਬਾਂ ਨੇ ਇਹੋ ਜਿਹੀ ਮਦਦ ਕੀਤੀ ਵੀ ਚੰਗੀ ਗੱਲ। ਲੇਕਿਨ ਉਸ ਬੀਬੀ ਨੂੰ ਇਲਾਕੇ ਨੂੰ ਚੁੱਕਣ ਚਾਹੀਦਾ, ਜਿਹੜੀ ਬਜ਼ੁਰਗ ਬੀਬੀ ਰਹਿ ਕੇ ਹੁਣ ਇਕੱਲੀ, ਉਹਦਾ ਕੋਈ ਮਾੜਾ ਮੋਟਾ ਇੱਕ ਅੱਧਾ ਕੋਠਾ ਮੱਥਾ ਜਿਹੜਾ ਬਾਹਰ ਪ੍ਰਬੰਧ ਕੀਤਾ ਜਾਵੇ, ਚੰਗੀ ਗੱਲ ਆ। ਲੋਕ ਕਹਿੰਦੇ ਹੈਗੇ ਅਸੀਂ ਕਰਾਂਗੇ, ਬਕਾਇਦਾ ਤੌਰ ਤੇ ਬਰਾਤ ਆਈ, ਬਕਾਇਦਾ ਤੌਰ ਤੇ ਉੱਤੇ ਉਹਨਾਂ ਨੇ ਜਿਸ ਤਰ੍ਹਾਂ ਲੈ ਕੇ ਜਾਂਦੇ ਲੜਕੀ ਨੂੰ ਉੱਤੇ ਜਿਹੜੀ ਹੁੰਦੀ ਆ ਉਹ ਫੁਲਕਾਰੀ,
ਸਰਕਾਰੀ ਤਲ ਕੇ ਲੈ ਕੇ ਜਾਂਦੇ ਪੂਰੇ ਸਾਨੂੰ ਸ਼ੌਕਤ ਨਾਲ ਬੀਬੀਆਂ ਨੇ ਉੱਥੇ ਜਿਹੜੀਆਂ ਸਿੱਠਣੀਆਂ ਤੇ ਘੋੜੀਆਂ ਤੇ ਬੜਾ ਸ਼ਮਸ਼ਾਨ ਘਾਟ ਚ ਬਰਾਤ ਉਤਰੀ ਫਿਰ ਹਾਂਜੀ ਸ਼ਮਸ਼ਾਨ ਘਾਟ ਚ ਬਰਾਤ ਉਤਰੀ ਇਹ ਪਹਿਲੀ ਆ ਕਿ ਮੇਰੇ ਖਿਆਲ ਦੁਨੀਆਂ ਦੇ ਵਿੱਚ ਕਿ ਸ਼ਮਸ਼ਾਨ ਘਾਟ ਚ ਬਲਾਤ ਬਰਾਤ ਆਈ ਹੈ ਜੀ ਜੀ ਤੇ ਆਪਣੇ ਪੱਟੀ ਸਾਹਿਬ ਤੁਸੀਂ ਹਿਸਾਬ ਕਿਤਾਬ ਲਾਇਆ ਜਿਹੜਾ ਪੰਜਾਬ ਸਰਕਾਰ ਕਹਿੰਦੀ 5.5 ਰੁਪਏ ਘਣ ਫੁੱਟ ਰੇਤਾ ਮਿਲੂਗਾ ਪਰ ਆਪਾਂ ਤਾਂ ਸੈਂਕੜੇ ਚ ਲੈਂਦੇ ਹਾਂ ਹੁਣ ਸੈਂਕੜਾ ਕਿੰਨਾ ਹੋ ਗਿਆ ਫਿਰ ਇਹਦਾ ਲਾਇਓ ਹਿਸਾਬ ਕਿਤਾਬ ਤਾਂ ਮੈਨੂੰ ਤਾਂ ਲੱਗਦਾ ਹਿਸਾਬ ਕਿਤਾਬ ਉੱਥੇ ਹੀ ਜਾਊ ਹੈ ਕੋਈ ਸਾਡੇ ਸਾਡੇ 5 ਜਿਹੜੇ ਉਹ ਘਣ ਫੁੱਟ ਵਾਲੇ ਬੇਲ ਚ ਨਾ ਬੇਲ ਚ ਹਾਂ ਉਹ 2.5-3 ਬੇਲ ਚ ਪਾਉਣੇ ਸਿਰਫ ਇੱਕ ਫੁੱਟ ਚ ਫਿਰ ਤਾਂ ਨਿਕਲ ਗਿਆ ਬੰਦਾ ਚੱਲ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਮੇਨ ਚੀਜ਼ ਜਿਹੜੀ ਇਹਨਾਂ ਨੇ ਕਿਹਾ ਕੋਈ ਟਿੱਪਰ ਨਹੀਂ ਜਾਊਗਾ ਕੋਈ ਟਰੱਕ ਨਹੀਂ ਜਾਊਗਾ ਕੁਛ ਨਹੀਂ ਜਾਊਗਾ ਜਿਹਨੂੰ ਲੋੜ ਉਹ ਆਪਣੀ ਟਰਾਲੀ ਲੈ ਕੇ ਆਵੇ ਤੇ ਉੱਥੋਂ 5.5 ਰੁਪਏ ਘਣ ਫੁੱਟ ਤੁਹਾਨੂੰ ਪਤਾ ਇਹੀ ਚੀਜ਼ ਜਿਹੜੀ ਸੀ ਉਦੋਂ ਚੰਨੀ ਨੇ ਕੀਤੀ ਸੀ ਕਾਮਯਾਬ ਨਹੀਂ ਸੀ ਹੋਈ ਕਿਉਂ ਨਹੀਂ ਹੋਈ ਸੀ ਮੈਂ ਅੰਮ੍ਰਿਤਸਰ ਰਹਿੰਦਾ ਤੇ ਮੇਰੀ ਜਿਹੜੀ ਇਹ ਖੱਡ ਹੈ ਇਹ ਘੱਟੋ ਘੱਟ ਮੇਰੇ ਤੋਂ 50 ਕਿਲੋਮੀਟਰ ਦੂਰ ਹੈ ਇੱਥੋਂ ਮੈਂ ਟਰੈਕਟਰ ਟਰਾਲੀ ਲੈ ਕੇ ਜਾਵਾਂ ਫਿਰ ਆਪਣਾ ਸਮਾਂ ਬਰਬਾਦ ਕਰਾਂ ਫਿਰ ਉੱਥੇ ਜਾ ਕੇ ਪਟਾਵਾਂ ਫਿਰ ਉਹਨੂੰ ਲਦਾਵਾਂ ਇੱਕ ਦਿਨ ਪੂਰਾ ਬਰਬਾਦ ਹੋ ਗਿਆ ਜੀ ਤੇ ਜਿਹੜਾ ਟਰਾਲੀ ਦਾ ਖਰਚਾ ਉਹ ਦਾੜੀ ਤੋਂ ਮੁੱਛਾਂ ਜ਼ਿਆਦਾ ਲੰਮੀਆਂ ਹੋ ਜਾਣਗੀਆਂ ਚੰਗਾ ਇਹ ਸੀ ਜਿਹੜੀ ਪਹਿਲਾਂ ਪ੍ਰਪੋਜ਼ਲ ਬਣਾਈ ਸੀ ਜਿਹੜੀ ਬਕਾਇਦਾ ਤੌਰ ਤੇ ਤਾਮਿਲਨਾਡੂ ਤੋਂ ਨਵਜੋਤ ਸਿੰਘ ਸਿੱਧੂ ਪ੍ਰਪੋਜ਼ਲ ਲੈ ਕੇ ਆਇਆ ਸੀ ਵੀ ਨਹੀਂ ਇਹ ਤੁਹਾਨੂੰ ਸਰਕਾਰੀ ਦੁਕਾਨਾਂ ਤੋਂ ਰੇਤਾ ਮਿਲੇਗਾ ਸਿੱਧੂ ਇਹ ਲੈ ਕੇ ਆਇਆ ਸੀ ਨਾ ਉੱਥੋਂ ਤਾਮਿਲਨਾਡੂ ਉਹਨੇ ਕਿਹਾ ਸੀ ਉੱਥੇ ਮੈਂ ਵੇਖਿਆ ਵੀ ਇੱਕ ਦਰਿਆ ਵਾ ਸਾਡੇ ਕੋਲ 3 ਦਰਿਆ ਨੇ ਇੱਕ ਦਰਿਆ ਤੋਂ ਹੀ ਉਹ 25-30 ਹਜ਼ਾਰ ਕਰੋੜ ਸਾਲ ਦਾ ਕਮਾਉਂਦੇ ਨੇ ਜੀ ਤੇ ਸਾਡੇ ਕੋਲ ਤੇ 3 ਦਰਿਆ ਸੀ ਕੀ ਨਹੀਂ ਕਰ ਸਕਦੇ ਸੀ ਲੇਕਿਨ ਮੈਨੂੰ ਨੀ ਉਮੀਦ ਵੀ ਇਹਨਾਂ ਦੀ ਇਸ ਸਕੀਮ ਕਾਜ ਮੇ ਪਤਾ ਨੀ ਇਹਨਾਂ ਦੇ ਐਡਵਾਈਜ਼ਰ ਕਿਹੜੇ ਕਿਹੜੇ ਹੈਗੇ ਫਿਰ ਤੁਹਾਡੇ ਸਾਹਮਣੇ ਵੀ ਚੰਨੀ ਸਾਹਿਬ ਨੇ ਕੀਤਾ ਸੀ ਬੜੀ ਬੁਰੀ ਤਰ੍ਹਾਂ ਫੇਲ ਹੋਏ ਸੀ ਇਸ ਕੰਮ ਦੇ ਵਿੱਚ ਉਹਨਾਂ ਨੇ ਵੀ ਕਿਹਾ ਸੀ ਨਹੀਂ ਜੀ ਖੱਡ ਤੋਂ ਤੁਹਾਨੂੰ ਇਹ ਐਸਾ ਮੈਰਿਟ ਮਿਲੇਗੀ ਤੇ ਹੁਣ ਜਿਹੜਾ ਜਦੋਂ ਉਹ ਟਰਾਲੀ ਲੈ ਕੇ ਜਾਊਗਾ ਇੱਥੋਂ ਟਰਾਲੀ ਦਾ ਖਰਚਾ ਕਿੰਨਾ ਪੈਂਦਾ ਕਿੰਨਾ ਨਹੀਂ ਪੈਂਦਾ ਉਹ ਗੱਲ ਫਿਰ ਉੱਥੇ ਹੀ 25-30 ਰੁਪਏ ਫੁੱਟ ਜਿਹੜੀ ਉਹ ਆ ਜਾਣੀ ਇਹਨਾਂ ਨੂੰ ਪੈ ਜਾਣੀ ਇਹਨਾਂ ਨੂੰ ਕਿਉਂ ਲੋਕਾਂ ਨੂੰ ਖਰਾਬ ਕਰਦੇ ਹੋ ਕਿਉਂ ਲੋਕਾਂ ਨੂੰ ਵਾਰ ਵਾਰ ਬਰਬਾਦ ਕਰਦੇ ਹੋ ਕਿਉਂ ਨੀ ਜੇ ਤੁਸੀਂ ਮੋਹਾਲੀ ਚ ਆਪਣੀ ਦੁਕਾਨ ਖੋਲੀ ਸੀਗੀ ਜੇ ਸਰਕਾਰੀ ਦੁਕਾਨਾਂ ਖੋਲਦੇ ਕਈ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ ਮਿਲ ਜਾਂਦਾ ਤੁਸੀਂ ਕਿਹਾ ਸੀ ਹਰ ਸ਼ਹਿਰ ਦੇ ਚ ਖੋਲਾਂਗੇ ਕਸਬੇ ਚ ਖੋਲਾਂਗੇ ਜਿਹਨੂੰ ਰੋਲ ਲੋੜ ਆਪਣੀ ਰੇਤ ਕਾਲੀ ਪਰੇ ਜਾ ਕੇ ਲੈ ਜੇ ਤੇ ਉਹ ਆਪਣੇ ਪੈਸੇ ਤੋਲ ਕੇ ਮਿਣਕੇ ਤਲੇ ਸਹਿਯੋਗੀ ਵੈਸੇ ਮਿਣਕੇ ਹੁੰਦੀ ਆ ਤੋਲਣ ਦਾ ਮਤਲਬ ਕੀ ਹੁੰਦਾ ਜੇ ਤੇ ਰੇਤ ਸੁੱਕੀ ਆ ਤੇ ਉਹ ਤੋਲ ਲੋ ਇਹਦਾ ਨਹੀਂ ਤਾਂ ਸਾਡੇ ਬਠਿੰਡੇ ਮੈਂ ਦੇਖਿਆ ਜੀ ਸਾਡੇ ਜੀਦਾ ਪਿੰਡ ਆਉਂਦਾ ਇੱਕ ਉੱਥੇ ਟੋਲ ਪਲਾਜ਼ਾ ਵੀ ਹੈ ਉੱਥੇ ਢਾਬੇ ਵਾਲਿਆਂ ਨੇ ਨਾ ਜੀ ਬੰਬੀਆਂ ਲਾ ਰੱਖੀਆਂ ਰਾਤ ਨੂੰ ਟਰੱਕ ਵਾਲੇ ਆਉਂਦੇ ਆ ਤੇ ਧਰਤੀ ਹੇਠ ਦਾ ਪਾਣੀ ਫਿਰ ਛੱਡ ਦਿੰਦੇ ਆ ਵਿੱਚ ਤੇ ਐਂ ਚ ਆਉਂਦਾ ਬਠਿੰਡੇ ਰੇਤਾ ਜਿਵੇਂ ਨਾਲ ਹੀ ਦਰਿਆ ਵਗਦਾ ਆਉਂਦਾ ਦੋ ਕੋਹ ਤੇ ਬਿਲਕੁਲ ਬਿਲਕੁਲ ਮੈਂ ਇਹੀ ਕਹਿੰਦਾ ਉਹਦੀ ਮਿਣਤੀ ਹੋਣੀ ਚਾਹੀਦੀ ਆ ਉਹਦੀ ਮਿਣਤੀ ਕਰਨੀ ਆਉਂਦੀ ਹੋਣੀ ਚਾਹੀਦੀ ਆ ਤੁਸੀਂ ਉਹ ਜਿਹੜਾ ਰੇਤਾ ਪਿਆ ਨਾ ਟਰੱਕ ਦੇ ਵਿੱਚ ਉਹਦੀ ਮਿਣਤੀ ਕਰ ਸਕਦੇ ਹੋ ਵੀ ਇੰਨੇ ਘਣ ਫੁੱਟ ਇਹਦੇ ਵਿੱਚ ਰੇਤਾ ਹੈਗਾ ਜੇ ਬੰਦਾ ਕਰਨ ਵਾਲਾ ਹੋਵੇ ਤੇ ਜੇ ਨਹੀਂ ਕਰਨ ਵਾਲਾ ਤੇ ਫਿਰ ਠੀਕ ਹੈ ਕੋਈ ਗੱਲ ਨਹੀਂ ਲੇਕਿਨ ਮੈਂ ਸੋਚਦਾ ਵੀ ਇਹ ਸਰਕਾਰ ਲੋਕਾਂ ਨੂੰ ਖਰਾਬ ਕਿਉਂ ਕਰ ਰਹੀ ਹੈ ਕਿੱਥੇ ਕਿੱਥੇ ਖਰਾਬ ਨੇ ਕੀਤਾ ਤੁਸੀਂ ਜੇ ਹੁਣ ਤੁਸੀਂ ਕਿਤੇ ਟਿੱਪਰ ਨਹੀਂ ਜਾਓਗੇ ਉੱਥੇ ਹਾਂ ਇਹ ਗੱਲ ਕਹਿ ਦਿਓ ਵੀ ਇੱਕ ਲਿਖ ਕੇ ਲਾ ਦਿਓ ਤੁਸੀਂ ਇਸ਼ਤਿਹਾਰੀ ਇੱਕ ਸ਼ਹਿਰ ਅਖਬਾਰ ਦੇ ਦਿਓ ਵੀ ਇਹ ਟਿੱਪਰ ਦੇ ਇੰਨੇ ਪੈਸੇ ਦਾ ਇੰਨਾ ਹੋਊਗਾ ਉਹਦੇ ਇੰਨੇ ਪੈਸੇ ਟਰਾਲੀ ਦੇ ਇੰਨੇ ਪੈਸੇ ਇੱਕ ਗੱਲ ਕਰ ਦਿਓ ਤੁਸੀਂ ਵੀ ਜਿਹੜਾ ਵੀ ਇਦੋਂ ਵੱਧ ਚਾਰਜ ਕਰਦਾ ਉੱਥੇ ਕਾਰਵਾਈ ਕੀਤੀ ਜਾਵੇ ਫਿਰ ਤੇ ਗੱਲ ਬਣ ਜਾਂਦੀ ਹੈ ਤੇ ਜਦੋਂ ਤੁਸੀਂ ਕਹਿੰਦੇ ਹੋ ਜਾ ਕੇ ਟਰਾਲੀ ਉੱਥੋਂ ਭਰ ਕੇ ਲਵੇ ਕੌਣ ਜਾਊਗਾ ਮੈਨੂੰ ਨੀ ਮੈਨੂੰ ਸਮਝ ਜਾਊਗਾ ਟਿੱਪਰ ਨਹੀਂ ਜਾ ਸਕਦਾ ਬਠਿੰਡੇ ਵਾਲੇ ਹੁਣ ਕਦੋਂ ਜਾਂ ਕੀ ਕਹਿੰਦੇ ਸਮਝ ਲਓ ਵੀ ਆ ਲੰਬੀ ਵਾਲੇ ਕਦੋਂ ਪਹੁੰਚੇ ਹਰੀ ਕੇ ਪੱਤਣ ਬਿਲਕੁਲ ਕਿੰਨਾ ਖਰਚਾ ਪੈਣਾ ਉਹਦਾ ਜੀ ਇਸ ਕਰਕੇ ਇਹਨਾਂ ਦੀਆਂ ਸਕੀਮਾਂ ਜਿੰਨੀਆਂ ਵੀ ਹੁਣ ਤੱਕ ਲਿਆਂਦੀਆਂ ਨਾ ਸਾਰੀਆਂ ਹੀ ਫੇਲ ਹੋਈਆਂ ਕੋਈ ਵੀ ਸਕੀਮ ਕਾਮਯਾਬ ਨਹੀਂ ਉੱਤੇ ਵੇਖੋ ਪਾਸ ਅਗਰ ਪਿੱਛਾ ਪਾਸਾ ਨਾ ਦੂਜਿਆਂ ਨੇ ਜੀਰਾ ਮਿਲ ਵਾਲਿਆਂ ਨੇ ਦਿਓ ਜਵਾਬ ਉੱਥੇ ਜਾ ਕੇ ਹੁਣ ਤੁਹਾਡੀ ਮੇਖਰ 13 ਤਰੀਕ ਹੈ ਉਹਦੀ ਇਸ ਕਰਕੇ ਪਤਾ ਨੀ ਐਡਵਾਈਜ਼ਰ ਸਰਕਾਰ ਦੇ ਕਿਹੜੇ ਆ ਇਹੋ ਹੀ ਨਾੜੀ ਪੜਾ ਹੁੰਦਾ ਨੀ ਜਿਹੜਾ ਬੰਦਾ ਨਾੜੀ ਬੰਦਾ ਉਹਦੇ ਤੋਂ ਕੰਮ ਪੂਰਾ ਹੁੰਦਾ ਸਹੀ ਹੁੰਦਾ ਹੁੰਦਾ ਵੀ ਗਰੀਬ ਵਿਗੜ ਜਾਂਦਾ ਵਾ ਜੀ ਤੇ
ਹੁਣ ਮੈਨੂੰ ਇੱਕ ਚੀਜ਼ ਦੱਸੋ, ਆ ਜਿਹੜਾ ਲੁਧਿਆਣੇ ਅਦਾਲਤ 'ਚ ਗੋਲੀਆਂ ਚੱਲੀਆਂ, ਅਦਾਲਤੀ ਕੰਪਲੈਕਸ ਦੇ ਵਿੱਚ ਕਹਿ ਸਕਦੇ ਹਾਂ ਕਿ ਅਦਾਲਤ ਦੇ ਬਾਹਰ ਅੰਦਰ ਬੜੀ ਅੰਦਰ ਚੱਲ ਅਦਾਲਤ ਦੇ ਬਾਹਰ ਬੇਸਿਕਲੀ ਦੋ ਪਾਰਟੀਆਂ ਸੀ ਜੀ, ਉਹਨਾਂ ਦੇ ਕੇਸ ਚੱਲਦੇ ਸੀ ਤੇ ਅੱਜ ਬਕਾਇਦਾ ਤੌਰ ਤੇ ਉਹ ਗਵਾਹੀ ਦੇਣ ਵਾਲੇ ਆਏ ਸੀ। ਉਹਨਾਂ ਨੂੰ ਗਵਾਹੀ ਤੋਂ ਰੋਕਣ ਵਾਸਤੇ ਉੱਥੇ ਗੋਲੀ ਚੱਲੀ ਆ ਜੀ। ਉਹ ਬਾਰ ਬਾਰ ਡੀਐਸਪੀ ਨੂੰ ਪੁੱਛਿਆ, ਐਸਪੀ ਨੇ ਥੋੜੀ ਬੜੀ ਗੱਲ ਦੱਸੀ, ਡੀਸੀ ਡੀਐਸਪੀ ਕਹਿੰਦਾ ਜੀ ਮੈਂ ਆ ਹੀ ਹੋਣੇ ਆ, ਪਤਾ ਕਰਦਾ ਕਿ ਨਹੀਂ। ਐਸਪੀ ਨੇ ਇੰਨੀ ਗੱਲ ਕਹੀ ਤੇ ਇਹ ਬੰਦੇ ਗਵਾਹ ਸੀ, ਜਿਹੜੇ ਦੋ ਗਵਾਹ ਬੰਦੇ ਫੱਟੜ ਹੋਏ ਉਹ ਹੋਸਪਿਟਲ ਐਡਮਿਟ ਨੇ ਜੀ, ਅਸੀਂ ਉਹਨਾਂ ਦੀ ਦੇਖ ਰੇਖ ਕਰ ਰਹੇ ਹਾਂ, ਇਲਾਜ ਕਰਾ ਰਹੇ ਹਾਂ ਤੇ ਦੋ ਬੰਦੇ ਅਸੀਂ ਫੜੇ ਨੇ ਜਿਨ੍ਹਾਂ ਦੀ ਇਹ ਗੈਂਗਸਟਰ ਦਾ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਇਹ ਸਿਰਫ ਆਪਸੀ ਦੁਸ਼ਮਣੀ ਸੀ ਤੇ ਜੇ ਅਦਾਲਤਾਂ ਦੇ ਬਾਹਰ ਏਦਾਂ ਹਥਿਆਰ ਲੈ ਕੇ ਲੋਕੀ ਘੁੰਮ ਰਹੇ ਨੇ, ਗੋਲੀਆਂ ਚਲਾ ਰਹੇ ਨੇ ਤੇ ਫਿਰ ਸੇਫਟੀ ਕਿੱਥੇ ਹੈਗੀ? ਫਿਰ ਸੇਫਟੀ ਚ ਕਿਤਨਾ ਹੋਈ ਨਾ। ਇਸ ਕਰਕੇ ਮੇਰਾ ਇਹ ਕਹਿਣ ਤੋਂ ਬਾਅਦ ਵੀ ਸਰਕਾਰ ਨੂੰ ਕੁਛ ਨਾ ਕੁਛ ਸੋਚਣਾ ਪਊਗਾ, ਸਰਕਾਰ ਨੂੰ ਕੁਛ ਨਾ ਕੁਛ ਕਰਨਾ ਪਊਗਾ ਜੀ। ਉਧਰ ਗਵਰਨਰ ਨੂੰ ਸਵਾਲ ਹੋਇਆ ਸੀ ਨਾ ਇਹੀ ਵੀ, ਵੇਖੋ ਗਵਰਨਰ ਕਹਿੰਦਾ ਜੀ ਪੰਜਾਬ ਚ ਲਾ ਐਂਡ ਆਰਡਰ ਦੀ ਬਲੇਸਿੰਗ, ਲਾ ਐਂਡ ਆਰਡਰ ਦੇ ਹਿਸਾਬ ਨਾਲ ਜਿਹੜਾ ਸਰਵੇ ਪਿਛਲੇ ਭਾਸਕਰ ਨੇ ਕੱਢਿਆ ਸੀ, ਆਪਾਂ ਗੱਲ ਵੀ ਕੀਤੀ ਸੀ ਵੀ ਕਹਿੰਦਾ ਕਿ 17ਵਾਂ ਨੰਬਰ ਸੀ ਪੰਜਾਬ ਦਾ, ਫਿਰ ਵੀ ਪਿਛਲੇ ਠੀਕ ਸੀ। ਲੇਕਿਨ ਪੰਜਾਬ ਦੀ ਕੋਈ ਚੀਜ਼ ਮਾੜੀ ਜਿਹੀ ਵੀ ਘਟਨਾ ਵਾਪਰਦੀ ਚਰਚਾ ਪੂਰੇ ਹਿੰਦੁਸਤਾਨ ਚ ਹੁੰਦੀ ਹੈ, ਪੰਜਾਬ ਜਾ ਹੋ ਗਿਆ ਤੇ ਦੇਸ਼ ਦੀ ਖੜਕ ਪੰਜਾਬ ਉੱਥੇ ਵਾਲੀ ਪਾਕਿਸਤਾਨ ਨਾਲ ਜੋੜ ਦਿੱਤਾ ਜਾਂਦਾ ਵਾ ਕਿ ਪਾਕਿਸਤਾਨ ਤਾਂ ਕਰਤਾ ਜੀ, ਪਾਕਿਸਤਾਨ ਨੇ ਕਰਤਾ ਜੀ। ਲੋਕ ਫਿਰ ਥੋੜੇ ਡਰ ਜਾਂਦੇ ਵੀ ਯਾਰ ਪਾਕਿਸਤਾਨ ਕਰਦਾ ਏਦਾਂ ਤੇ ਕਿਤੇ ਲੜਾਈ ਨਾ ਲੱਗ ਜਾਵੇ ਜੀ। ਇਸ ਕਰਕੇ ਮੰਦ ਭਾਈ ਜਿਟਲਾ ਦੀ ਥੋਰੋਲੀ ਜਾਂਚ ਜਿਹੜੀ ਆ ਉੱਥੋਂ ਦੇ ਕਮਿਸ਼ਨ ਨੂੰ ਜਿਹੜੀ ਉਹ ਕਰਨੀ ਚਾਹੀਦੀ ਹੈ, ਕਰਕੇ ਤੇ ਪੂਰੀ ਦੀ ਪੂਰੀ ਰਿਪੋਰਟ ਜਿਹੜੀ ਮੀਡੀਆ ਨੂੰ ਦੇਣੀ ਚਾਹੀਦੀ ਕਿ ਤੁਸੀਂ ਕੀਤਾ ਸੀ ਤੇ ਕਿਉਂ ਹੋਇਆ ਤੇ ਕਿਵੇਂ ਆਇਆ ਤੇ ਕਿਵੇਂ ਗਿਆ ਤੇ ਹਥਿਆਰ ਕਿੱਥੋਂ ਆਏ ਨੇ ਜੀ। ਆਮ ਤੌਰ ਤੇ ਹਥਿਆਰ ਜਿੱਥੋਂ ਆਉਂਦੇ ਉੱਥੇ ਤੋਂ ਜਾਂਦੇ ਹੀ ਨਹੀਂ ਹੈ, ਪੜਤਾਲ ਹੀ ਨਹੀਂ ਕਰਦੇ। ਬਿਹਾਰ ਦੇ ਵਿੱਚੋਂ, ਮੱਧ ਪ੍ਰਦੇਸ਼ ਦੇ ਵਿੱਚੋਂ ਹਥਿਆਰ ਸਰਿਆ ਮੌਲੀ ਸਭ ਨੂੰ ਪਤਾ, ਬਠਿੰਡੇ ਫੜੇ ਜੀ, ਦੇਖ ਲਓ ਢੇਰੀ ਲੱਗ ਗਈ ਪਿਸਤੌਲਾਂ ਦੀ। ਬਿਲਕੁਲ 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 ਜੀ। ਸੋ ਇਹ ਮੇਰੇ ਨਾਲ ਨਹੀਂ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਅਤੇ ਜੁੜੇ ਹੋਏ ਹੈ ਅਸੀਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਤੁਹਾਡੇ ਨਾਲ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਜਾਲੀ ਕਰੰਸੀ ਦੀ, ਪਰ ਉਸ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਬਹਿਬਲ ਗੋਲੀਕਾਂਡ ਦੀ। ਇੱਕ ਫੋਨ ਕਾਲ ਆ ਗਈ ਜੀ, ਲੈ ਲਈਏ ਫਿਰ ਆਪਾਂ ਅੱਗੇ ਚੱਲਦੇ। ਸਤਿ ਸ਼੍ਰੀ ਅਕਾਲ ਜੀ ਜਗਜੀਤ ਜੀ। ਜਿਵੇਂ ਪੰਜਾਬ ਦੀ ਹੁਣ ਵਾਲੀ ਸਰਕਾਰ ਨੇ ਵੀ ਕਿਸੇ ਨੇ ਨੀ ਬੋਲਿਆ ਜਿਵੇਂ ਪਾਣੀਆਂ ਦੇ ਜਾਂ ਸੈਂਟਰ ਕੰਟਰੋਲ ਲੈ ਗਿਆ, ਕੱਲ ਨੂੰ ਫਿਰ ਉਹ ਦਰਿਆਵਾਂ ਚ ਵੀ ਰੋਕ ਸਕਦੇ ਇਹਨਾਂ ਨੂੰ ਰੇਤਾ ਕੱਢਣ ਨੂੰ ਵੀ, ਇਹ ਤਾਂ ਸਾਡਾ ਵੀ ਨਾਲ ਹੀ ਹਿੱਸਾ ਭਾਈ, ਤੁਸੀਂ ਕਿਵੇਂ ਕੱਢ ਸਕਦੇ ਹੋ। ਤੀਜਾ ਸੀਗਾ ਪੁੱਛਣਾ ਸੀਗਾ ਜੀ, ਮੋਰਚੇ ਦੇ ਵਿੱਚ ਗੱਲ ਚੱਲਦੀ ਸੀਗੀ ਬੰਦੀ ਸਿੰਘਾਂ ਦੀ, ਉਹ ਕਹਿੰਦੇ ਵੀ ਦਿੱਲੀ ਤਾਂ ਦੂਰ ਰਹਿ ਗਈ, ਪਹਿਲਾਂ ਪੰਜਾਬ ਵਾਲੇ ਦੀ ਉਹ ਕਹਿੰਦੇ ਬਾਪੂ ਸੂਰਤ ਸਿੰਘ ਉਹਨਾਂ ਦਾ ਵੀ ਲੁਧਿਆਣੇ ਦਿਆਨੰਦ ਦੇ ਵਿੱਚ ਬੰਦੀ ਬਣਾਇਆ ਪਿਆ ਪੁਲਿਸ ਦਾ, ਉਹ ਕਹਿੰਦੇ ਨਾ ਮਿਲਣ ਦਿੰਦੇ ਉਹ ਠੀਕ ਆ, ਉਹਨੂੰ ਬਾਹਰ ਜਾਣ ਨੀ ਦਿੰਦੇ, ਕਦੇ ਮਾਹੌਲ ਖਰਾਬ ਹੁੰਦਾ ਵੀ, ਇਹ ਗੱਲ ਸੱਚ ਆ ਜੀ? ਉਹ ਕਹਿੰਦੇ ਪਹਿਲਾਂ ਬੰਦੀ ਹੋ ਸਕਦਾ ਬਾਪੂ ਸੂਰਤ ਸਿੰਘ ਆਪ ਹੀ ਨਾ ਆਉਣ ਨੂੰ ਫਿਰਦਾ ਹੋਵੇ ਜੀ। ਨਹੀਂ, ਬਾਪੂ ਸੂਰਜ ਸਿੰਘ ਜੀ ਸਿਹਤ ਆਗਿਆ ਨੀ ਦਿੰਦੀ, ਸਿਹਤ ਨੀ ਆਗਿਆ ਦਿੰਦੀ ਉਹਦੀ, ਸਿਹਤ ਆਗਿਆ ਨੀ ਦਿੰਦੀ। ਨਹੀਂ ਚਲੋ ਠੀਕ ਹੈ ਜੀ, ਉਹ ਤੁਹਾਨੂੰ ਪਤਾ ਜੋ ਮਰਜ਼ੀ ਉੱਥੇ ਕਹੀ ਜਾਣ ਕੀ ਨਾ ਕਹੀ ਜਾਣ। ਸਹੀ ਲਫ਼ਜ਼ਾਂ ਚ ਜਗਜੀਤ ਜੀ ਮੈਂ ਤੁਹਾਨੂੰ ਫਿਰ ਦੱਸਦਾ ਵੀ ਜਿੰਨਾ ਚਿਰ ਤੱਕ ਸਾਡਾ ਪੰਥ ਸਾਰਾ ਇੱਕ ਨੀ ਹੁੰਦਾ, ਉਹਨਾਂ ਚਿਰ ਉੱਥੇ ਕੋਈ ਗੱਲ ਬਣਨ ਵਾਲੀ ਨੀ। ਸਾਡੀ ਰਾਜਧਾਨੀ ਹੋਵੇ, ਸਾਡੇ ਪਿੰਡ ਜਾੜ ਕੇ ਰਾਜਧਾਨੀ ਚੰਡੀਗੜ੍ਹ ਬਣਾਈ ਹੋਊਗੀ, ਹੋਵੇ ਸਾਨੂੰ ਜੇ ਚੰਡੀਗੜ੍ਹ ਚ ਬਣਦਾ ਅਧਿਕਾਰ ਨੀ ਤੇ ਫਿਰ ਕਿਹੜੇ ਖੁਜਲੀ ਪਈ ਅਸੀਂ। ਕੱਲ 31 ਬੰਦੇ ਗਏ ਤੇ ਅਸੀਂ ਜੀ ਆਪਣੇ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਜਾ ਕੇ ਮੁਜ਼ਾਹਰਾ ਕਰਨਾ, ਉਹਨਾਂ ਰਸਤੇ ਚ ਰੋਕ ਕੇ ਫੜੇ, ਗ੍ਰਿਫਤਾਰ ਕਰ ਲਏ ਚੰਡੀਗੜ੍ਹ ਪੁਲਿਸ, ਨਹੀਂ ਜਾ ਸਕਦੇ ਤੇ ਉਹ ਪਹਿਲਾਂ ਜਾਂਦੇ ਨੀ ਨਾ ਲੋਕ, ਅੱਜ ਕਿਉਂ ਰੋਕਿਆ ਜਾ ਰਿਹਾ ਉਹਨਾਂ ਨੂੰ? ਸਿਰਫ ਇਹੀ ਡਿਕਟੇਟਰਸ਼ਿਪ ਆ, ਇਸੇ ਨੂੰ ਕਹਿੰਦੇ ਆ ਵੀ ਜੰਮੂ ਕਸ਼ਮੀਰ ਦਾ ਕਤਲ ਹੁੰਦਾ, ਪਹਿਲਾਂ ਫੜ ਲਏ ਮੁੜ ਕੇ ਵਾਰਨੀ ਦੇ ਕੇ ਛੱਡਦੇ, ਕਹਿੰਦੇ ਸੀ ਤੁਸੀਂ ਦੂਨੇ ਹੋ ਜਾਵਾਂਗੇ, ਕੋਈ ਗੱਲ ਨੀ ਫੜ ਲਓ ਤੁਸੀਂ ਸਾਨੂੰ। ਇੱਥੇ ਤੇ ਵੇਖੋ ਕੋਈ ਕੋਈ ਗੱਲ ਕਰਦਾ, ਕੋਈ ਕੋਈ ਗੱਲ ਕਰਦਾ, ਹੋਰ ਕੋਈ ਕਹਿੰਦਾ ਕ੍ਰੈਡਿਟ ਮੈਨੂੰ ਮਿਲ ਜੇ ਮੇਰੇ ਕਰਕੇ ਕੰਮ ਹੋ ਜਾਏ, ਫਿਰ ਗੱਲ ਬਣਦੀ, ਫਿਰ ਗੱਲ ਬਣਦੀ ਹੈ। ਜਦੋਂ ਕ੍ਰੈਡਿਟ ਵਾਚ ਤੁਸੀਂ ਪਾਓਗੇ ਉਦੋਂ ਕੱਖ ਨੀ ਤੁਹਾਡਾ ਬਣਨਾ, ਜੋ ਮਰਜ਼ੀ ਹੋ ਜਾਏ। 1966 ਤੋਂ ਬਾਅਦ ਜਿੰਨੇ ਮੋਰਚੇ ਲਾਏ ਮੈਨੂੰ ਦੱਸੋ ਕਿਹੜੇ ਮੋਰਚੇ ਚ ਪ੍ਰਾਪਤੀ ਕੀਤੀ ਪਈ ਹੈ?
सेवादार ठीक है मैं लोगों की सेवा कर तू लड़ना उदो भुपिंदर सिंह ने कह रहा मैं पंच रह चुका वा एमपी मैं किसी होर मौके लिख के देता सी हूं पहली गल लोग समाज पंजाब जवाब दे ने जिन्हां दी रीस करदे राजीव गांधी जे कातल छड्डे गया सी उन्हां समुच्चे रूप दे विच दोहां पार्टियां ने इकट्ठे होके सर्वसम्मति दा मता पाया सी अपना जी उस मते दे भाव ते सुप्रीम कोर्ट राही बंदे छड्डे गए सीगे इत्थे कुछ मता पाई तुसीं बहुत समझ दे पा दिओ पाया ना 15 साल तुहाडी सरकार रही है 2007 अखबार सुर्खियां छप चुकियां ने अज असीं बंदी सिंघां दी गल करदे किहड़े मुंह नाल करदे असीं बिलकुल सही गल इस करके जिनी बहुत संपत्ति सी अपनी बहुत संपत्ति दा तुसीं मता पा के केंद्र नूं भेजो भी साडा असीं विधानसभा च मता पास कीता जे राजवण दी फांसी माफ हुई ना करके नहीं होई पूरा पंजाब बंद होया सी ते ओहदी राजवण दी खातर की शहादत होई सी बकदा तौर ते जसवंत सिंह चौधरी दा बिल्कुल इस करके जगजीत जी साडी बदकिस्मती असीं इक मंच ते इकट्ठे नहीं हो सकदे पुट खा के नहीं हो सकदे ना 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 ओह समां सीगा मिसलां दे सरदार जदों कितें साझी लड़ाई आउंदी सी इक तों वध के अगे लड़दे सी नहीं बई पहला मैनूं जान दे बाद च तू जाई अज ते कहिंदे तू पहला मर जा बाद च मैं सरदारी करूं इत्थे कोई गल आ पहला इक ओह कहिंदे मरिया हुंदा नहीं नंबरदारी पहला लैण नूं तैयार है बिलकुल बिलकुल इत्थे ना दरबार साहिब लागे इक आर्टिस्ट आ जी सुरिंदर सिंह अच्छा जी ओहदी दुकान ते जा तुहानूं इक शब्द लिखिआ मिलूगा ਉਹ ਕਹਿੰਦਾ ਸਿਆਸੀ ਲੜਾਈ ਦੇ ਵਿੱਚ ਹਮੇਸ਼ਾ ਹੀ ਪਿਆਦੇ ਮਾਰੇ ਜਾਂਦੇ ਆ ਮਾਰੇ ਜਾਂਦੇ ਦੂਜੀਆਂ ਲੜਾਈਆਂ 'ਚ ਵੀ 90% ਪਿਆਦੇ ਸ਼ਾਹ ਇਸ ਕਰਕੇ ਨਹੀਂ ਮਾਰੇ ਜਾਂਦੇ ਉਹਨਾਂ ਬਾਅਦ 'ਚ ਸਮਝੌਤੇ ਤੇ ਦਸਤਖਤ ਕਰਨੇ ਹੁੰਦੇ ਇਹ ਉਹ ਸ਼ਾਹ ਦੇ ਸਾਡੇ ਇਸ ਕਰਕੇ ਪਹਿਲਾਂ ਭਾਜੀ ਤੇ ਤੁਸੀਂ ਬੰਦੀ ਸਿੰਘ ਦੀ ਰਹਿ ਦੀ ਗੱਲ ਕਰਦੇ ਪਹਿਲਾਂ ਭੋਖੋ ਪਿਛਲਾ ਪਹਿਲਾਂ ਪੜਤਾਲ ਕਰੋ ਵੀ ਤੁਸੀਂ ਗਲਤੀਆਂ ਕਿਹੜੀ ਕਿਹੜੀ ਕੀਤੀਆਂ ਕਾਂਗਰਸ ਤੁਸੀਂ ਕੋਈ ਅਰਥ ਨਹੀਂ ਰੱਖਦੇ ਆਮ ਆਦਮੀ ਪਾਰਟੀ ਕੋਈ ਅਰਥ ਨਹੀਂ ਕੋਈ ਅਕਾਲੀ ਦਲ ਸੀ ਕੋਈ ਆਸਤੀ ਬਣੀ ਬੋਟੀ ਵੀ ਇਹ ਵਾਕਈ ਕੋਈ ਪੰਥ ਦੀ ਗੱਲ ਕਰੇਗਾ ਲੇਕਿਨ ਉਹ ਵੀ ਨਹੀਂ ਕੀਤੀ ਨਾ ਤੁਸੀਂ ਪੰਥ ਦੀ ਗੱਲ ਕੀਤੀ ਨਾ ਤੁਸੀਂ ਗਰੰਟੀ ਗੱਲ ਕੀਤੀ ਕੁਰਸੀ ਦੀ ਗੱਲ ਕੀਤੀ ਹੈ ਕੁਰਸੀ ਮਿਲ ਜੇ ਭਾਵੇਂ ਸੌਦਾ ਸਾਹਿਬ ਨੂੰ ਮਾਫ਼ੀ ਦੇ ਦਈਏ ਤੇ ਭਾਵੇਂ ਸੌਦਾ ਸਾਹਿਬ ਨੂੰ ਅਸੀਂ ਜਿਹੜੇ ਸਿੱਟੇ ਚੜਾ ਲਈ ਤੇ ਭਾਵੇਂ ਉਹਨੂੰ ਉਹਦੇ ਘਰ ਜਾ ਕੇ ਮਾਫ਼ੀ ਮੰਗੀਏ ਜੋ ਮਰਜ਼ੀ ਕਰੀਏ ਜੋ ਮਰਜ਼ੀ ਕਰੀਏ ਜੀ ਬਿਲਕੁਲ ਪੱਟੀ ਸਾਹਿਬ ਇਹ ਸਾਡੀ ਬਦਕਿਸਮਤੀ ਹੈ ਜੀ ਤੇ ਬੈਬਲ ਕੋਲ ਸਾਹਿਬ ਜਿਹੜੇ ਬੰਦੇ ਛੱਡੇ ਗਏ ਸਰ ਜੀ ਸਿੰਘ ਕਾਤਲਾਂ ਦੇ ਵਿੱਚ ਉਹ ਦੇ ਵਿੱਚ ਸ਼੍ਰੀਲੰਕਾ ਦੇ ਬੰਦੇ ਵੀ ਸ਼ਾਮਲ ਸੀ ਜੀ ਉਹ ਸਿਰਫ ਇੱਕੋ ਹੀ ਸੀ ਉਹਨਾਂ ਸਰਬਸੰਮਤੀ ਦਾ ਮਤਾ ਆਪਣੀ ਵਿਧਾਨ ਸਭਾ ਦੇ ਪਾਸ ਤੇ ਛੱਡ ਦਿਓ ਜੀ ਜਦੋਂ ਉਹਨਾਂ ਗਵਰਨਰ ਨੂੰ ਛੱਡਣ ਵਾਸਤੇ ਉਦੋਂ ਸੀਬੀਆਈ ਅੜ ਗਈ ਕਹਿੰਦੇ ਨਾ ਨਾ ਕਿ ਸਾਡਾ ਤੁਸੀਂ ਕਿਵੇਂ ਛੱਡ ਸਕਦੇ ਹੋ ਸੁਪਰੀਮ ਕੋਰਟ ਨੇ ਛੱਡੇ ਸੀ ਜਾ ਕੇ ਦੱਸੋ ਤੇ ਸਾਡੇ ਵੇਲੇ ਦਾਲ ਮੁੱਕ ਗਈ ਸਾਡੇ ਵੇਲੇ ਕੋਈ ਨਾ ਕੋਈ ਨਹੀਂ ਸਾਡੇ ਤਾਂ ਅਸਲ ਨਹੀਂ ਹੈ ਨਾ ਜਿਹੜੇ ਸਾਡੇ ਲੀਡਰ ਮਾੜੇ ਨੇ ਜਿਹੜੇ ਬੰਦੇ ਨੂੰ ਅਸੀਂ ਇੰਨੀ ਗੱਲ ਵੋਟਾਂ ਪਾ ਕੇ 92 ਸੀਟਾਂ ਦੇ ਕੇ ਅਸੀਂ ਜਿਤਾਇਆ ਸਾਨੂੰ ਤੋਂ ਆਸ ਕੋਈ ਨਹੀਂ ਇਸ ਕਰਕੇ ਨਹੀਂ ਆਸ ਹੈਗੀ ਦਵਿੰਦਰਪਾਲ ਸਿੰਘ ਭੁੱਲਰ ਦੀ 3 ਮਾਰਚ 2022 ਨੂੰ ਰਿਹਾਈ ਹੋਣ ਵਾਲੀ ਜੀ ਜਾਣ ਬੁੱਝ ਕੇ ਰੁਕੀ ਗਈ 8 ਮੈਂਬਰੀ ਉਹ ਸੈਂਟੈਂਸ ਰਿਵਿਊ ਕਮੇਟੀ ਸੀਗੀ ਜੀ ਜਿਹਦਾ ਚੇਅਰਮੈਨ ਸਤਿੰਦਰ ਜੈਨ ਸੀ ਜਦੋਂ ਉਹਨਾਂ ਨੇ ਸਿੱਖ ਬੰਦੇ ਹੈਗੇ ਸੀ ਡਾਕਟਰ ਪ੍ਰਵਿੰਦਰ ਹੋਰੀ ਉਹਨਾਂ ਨੇ ਕਿਹਾ ਵੀ ਭਾਈ ਆਹ ਵੇਖੋ ਵੀ ਇਹਦਾ ਦਵਿੰਦਰਪਾਲ ਭੁੱਲਰ ਦਾ ਫੈਸਲਾ ਉਹਦੀ ਸਜ਼ਾ ਪੂਰੀ ਹੋ ਚੁੱਕੀ ਆ ਉਹ ਕਹਿੰਦੇ ਨਹੀਂ ਨਹੀਂ ਇਹ ਬਾਅਦ ਗੱਲ ਕਰਾਂਗੇ ਆਪਾਂ ਤੇ ਮੁੜ ਕੇ ਸੈਂਟੈਂਸ ਰਿਵਿਊ ਕਮੇਟੀ ਦਾ ਚੇਅਰਮੈਨ ਜਿਹੜਾ ਸੀ ਉਹ ਜੇਲ੍ਹ ਚਲੇ ਗਿਆ ਤੇ ਮੁੜ ਕੇ ਮੀਟਿੰਗ ਨਹੀਂ ਹੋਈ ਜਦੋਂ ਕਿ ਹਰ 3 ਮਹੀਨੇ ਬਾਅਦ ਮੀਟਿੰਗ ਹੋਣੀ ਉਹਦੀ ਜ਼ਰੂਰੀ ਆ ਮੁੜ ਕੇ ਮੀਟਿੰਗ ਨਹੀਂ ਹੋਈ ਜੀ ਤੇ ਹੁਣ ਉਹ ਹਾਈਕੋਰਟ ਗਿਆ ਵਿਚਾਰਾ ਵੇਖੋ ਹਾਈਕੋਰਟ ਕੀ ਕਰਦੀ ਹੈ ਰਿਆ ਕਰਦੀ ਕਿ ਨਹੀਂ ਕਰਦੀ
ਤੇ ਬਾਈਬਲ ਗੋਲੀਕਾਂਡ ਦੀ ਰਿਪੋਰਟ ਦਾ ਕੀ ਬਣਿਆ ਜੀ? ਵੇਖੋ ਜੀ, ਬਾਈਬਲ ਕਲਾ ਗੋਲੀਕਾਂਡ ਦੀ ਰਿਪੋਰਟ ਬਾਰੇ ਵੀ ਉਹਨੇ ਕਹਿਤਾ ਸੀ ਵੀ ਕੋਟਕਪੂਰਾ ਤੇ ਖਾਜੇਕਰ ਦੀ ਬਾਈਬਲ ਕਲਾ ਸਟੈਂਡ ਕਰਦੀ ਹੈ। ਬਾਈਬਲ ਕਲਾ ਜਿਹੜੀ ਆ ਉਹਨਾਂ ਨੇ ਬਕਾਇਦਾ ਤੌਰ ਤੇ ਲਿਫਾਫੇ ਚ ਬੰਦ ਕਰੀ, ਇਹ ਬੜੀ ਪ੍ਰਕਿਰਿਆ ਮਾਰੀ, ਲਿਫਾਫੇ ਚ ਸੀਲ ਬੰਦ ਰਿਪੋਰਟ ਕਰਕੇ ਦੇ ਦੇ। ਹਾਈ ਕੋਰਟ ਨੇ ਪਿੱਛੇ ਜੇ ਕਿਹਾ ਵੀ ਇਹ ਕੀ ਵਟ ਲਾਉਂਦੇ ਯਾਰ, ਤੁਸੀਂ ਕੀ ਕਰਕੇ ਕਰਦੇ ਤੁਸੀਂ ਕੀ ਹੋ? ਉਹਦੇ ਵਿੱਚ ਜਿਹੜੀ ਸਿੱਟ ਬਣੀ ਸੀਗੀ, ਉਹ ਸਿੱਟ ਨੇ ਜਿਹੜਾ ਸੀ ਉਹ ਬਾਈਬਲ ਕਲਾ ਦੀ ਰਿਪੋਰਟ ਵਿੱਚ ਜਿਹੜੀ ਆ ਉਹ ਸਬਮਿਟ ਕਰਤੀ ਹੈ ਤੇ ਕੋਟਕਪੂਰੇ ਦੀ ਪਹਿਲਾਂ ਹੀ ਸਬਮਿਟ ਹੋ ਚੁੱਕੀ ਹੈ। ਕਿਉਂਕਿ ਹਾਈ ਕੋਰਟ ਦੇ ਨਿਰਦੇਸ਼ ਨੇ ਵੀ ਇਹਨਾਂ ਤੇ ਸੁਣਵਾਈ ਦੋਵਾਂ ਤੇ ਇਕੱਠੀ ਕੀਤੀ ਜਾਵੇ, ਇੱਕੋ ਹੀ ਨੇਚਰ ਦੇ ਕੇਸ ਨੇ ਦੋਵੇਂ ਜੀ। ਉਹਦੀ ਹੁਣ 29 ਅਪ੍ਰੈਲ ਅਗਲੀ ਪੈ ਗਈ ਤੇ ਮੈਨੂੰ ਨੀ ਉਮੀਦ ਵੀ ਅਗਲੇ 2-4 ਸਾਲ ਦਾ ਫੈਸਲਾ ਹੋ ਸਕੇ। ਕਿਉਂ? ਜਦੋਂ ਗਵਾਹੀਆਂ ਹੋਣੀਆਂ, ਗਵਾਹੀਆਂ ਬਹੁਤ ਜ਼ਿਆਦਾ ਹੋਣੀਆਂ ਜੀ। ਤੁਹਾਡੇ ਸਾਹਮਣੇ ਲਖੀਮਪੁਰ ਦੇ ਵਿੱਚ ਕੀ ਕਿਹਾ ਸੀ ਜੱਜ ਨੇ, ਜਦੋਂ ਸੁਪਰੀਮ ਕੋਰਟ ਨੇ ਸੈਸ਼ਨ ਜੱਜ ਨੂੰ ਕਿਹਾ ਵੀ ਦੱਸੋ ਵੀ ਕਿੰਨਾ ਸਮਾਂ ਲੱਗੂਗਾ, ਘੱਟੋ ਘੱਟ 5 ਸਾਲ, 217 ਗਵਾਹ ਨੇ, ਦੱਸੋ ਇਹ ਤਾਂ ਮੁੱਕਣਾ ਹੀ ਨੀ। ਤੇ ਫਿਰ ਉਦੋਂ ਸੁਪਰੀਮ ਕੋਰਟ ਨੂੰ ਕਹਿਣਾ ਪਿਆ ਸੀ ਵੀ ਲੰਮਾ ਸਮਾਂ ਫਿਰ ਅਸੀਂ ਕਿਸੇ ਨੂੰ ਬੰਦ ਨੀ ਰੱਖਦੇ ਜੇਲ ਦੇ ਵਿੱਚ, ਤੇ ਫਿਰ ਉਹਨੂੰ ਜਿਹੜਾ ਸੀ ਆਸ਼ੀਸ਼ ਮਿਸ਼ਰਾ ਨੂੰ ਤਾਂ ਜਮਾਨਤ ਨਹੀਂ ਛੋੜੀ। ਜੀ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਆਪਾਂ ਕੁਛ ਵਪਾਰਕ ਸੁਨੇਹੇ ਸੁਣਾ ਦਈਏ ਜੀ ਫਿਰ। ਜੀ ਸੌਰੀ ਸੌਰੀ। ਹਾਂਜੀ, ਫਿਰ ਅੱਜ ਬਿਨਾਂ ਗੱਡੀ ਨਹੀਂ ਚੱਲਦੀ ਜੀ। ਹੈ ਬੇਸ਼ੁਮਾਰ ਤੇ ਲੇਟੈਸਟ ਵੈਰਾਇਟੀ ਇਹਨਾਂ ਦੇ ਸ਼ੋਰੂਮ ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 104th ਐਵੀਨਿਊ ਸਾਊਥ ਈਸਟ ਕੈਂਟ। ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟ੍ਰੈਵਲ ਸੈਂਟਰ, 14814 ਐਲੋਮ ਸਟਰੀਟ, ਲੋਸਟ ਹਿਲਸ। ਫੋਨ ਨੰਬਰ 601-867-2345। ਵਿਦੇਸ਼ਾਂ ਚ ਵਸਣ ਵਾਲੇ ਪੰਜਾਬੀਆਂ ਦੇ ਲਈ ਸੁਨਹਿਰੀ ਮੌਕਾ ਲੈ ਕੇ ਆਈ ਆ ਪੰਜਾਬ ਦੀ ਬਹੁਤ ਹੀ ਵੱਡੀ ਰੀਅਲ ਅਸਟੇਟ ਕੰਪਨੀ DH ਰੀਅਲ ਅਸਟੇਟ। ਬਹੁਤ ਹੀ ਨਾਮਵਰ ਕੰਪਨੀ ਤੁਹਾਨੂੰ ਮੌਕਾ ਪ੍ਰਦਾਨ ਕਰਦੀ ਹੈ ਕਿ ਬਿਨਾਂ ਪੰਜਾਬ ਗਏ ਤੁਸੀਂ ਹੁਣ ਆਪਣੀ ਜ਼ਮੀਨ ਵੇਚ ਸਕੋਗੇ ਜਾਂ ਫਿਰ ਆਪਣੀ ਪਸੰਦੀਦੀ ਜ਼ਮੀਨ ਖਰੀਦ ਸਕੋਗੇ। ਕਿਸੇ ਵੀ ਤਰ੍ਹਾਂ ਦੀ ਕੋਠੀ, ਫਲੈਟ, ਪਲਾਟ ਜਾਂ ਫਿਰ ਕਮਰਸ਼ੀਅਲ ਜਾਂ ਐਗਰੀਕਲਚਰ ਲੈਂਡ ਲੈਣੀ ਹੋਵੇ ਤਾਂ DH ਰੀਅਲ ਅਸਟੇਟ ਨਾਲ ਸੰਪਰਕ ਕਰੋ। ਤੁਹਾਨੂੰ ਪੰਜਾਬ ਜਾਣ ਦੀ ਲੋੜ ਨਹੀਂ, ਸੌਦਾ ਬੈਠੇ ਬਿਠਾਏ ਇੱਥੇ ਹੀ ਕਰਾ ਕੇ ਤੇ ਇੱਥੇ ਹੀ ਪੈਸੇ ਪਹੁੰਚਦੇ ਕਰ ਦਿੰਦੇ ਨੇ। ਨੰਬਰ ਹੈ DH ਰੀਅਲ ਅਸਟੇਟ ਦਾ 9875705 ਪਲੱਸ 91 ਇੰਡੀਆ ਦਾ ਕੋਡ ਲਾਉਣਾ, ਵਟਸਐਪ ਤੇ ਜਾਂ ਫਿਰ ਡਾਇਰੈਕਟ ਕਾਲ ਕਰ ਲੈਣੀ ਹੈ 9875705 DH ਰੀਅਲ ਅਸਟੇਟ। ਇਹਨਾਂ ਦਾ ਸਲੋਗਨ ਹੈ ਪੰਜਾਬ ਵਿੱਚ ਬੇਫਿਕਰੇ ਹੋ ਕੇ ਹੁਣ ਖਰੀਦੋ ਜ਼ਮੀਨ, ਪਲਾਟ, ਕੋਠੀ ਜਾਂ ਫਿਰ ਫਲੈਟ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ। ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਇੰਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫ਼ਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ।
वधेरे जानकारी लिए संपर्क करो 6812600050। सो प्रोग्राम शमादान दे विच तुसी इस वक्त रेडियो पंजाब टुडे दे बठिंडा स्टूडियो तो साढ़े नाल जुड़े हो। मेरे नाल सरदार जसवीर सिंह पट्टी साहब ने। पट्टी साहब, पिंड रामगढ़ है जी लुधियाना चंडीगढ़ रोड ते कुआड़े नेड़े, उत्थे दस्तार मुकाबले हो रहे ने जी 19 फरवरी नूं। ते बड़े चंगे इनाम रखे है जी, कहिंदे लख रुपए तक का भी इनाम हैगा उत्थे, ते बड़ा वधाई दे पात्र है जी पिंड वासी, है नी। ਕਹਿੰਦੇ ਕਹਿੰਦੇ 12 ਸਾਲ ਦੇ ਬੱਚੇ ਨੂੰ ਵੀ ਇਨਾਮ ਦੇਣਾ, ਕਹਿੰਦੇ ਜਿਹੜਾ ਪੱਗ ਬੰਨੂਗਾ। ਤੇ ਦਾਦੇ ਵਾਲੀਆ ਸਾਹਿਬ ਜੀ, ਅੰਮ੍ਰਿਤਸਰ ਦੇ ਵਿੱਚ ਬੱਚਿਆਂ ਨੇ 10 ਸਾਲ ਤੋਂ ਲੈ ਕੇ 30 ਸਾਲ ਦੇ ਬੱਚੇ ਨੇ ਜਿੱਥੇ ਬਣੀ ਸੀ ਸ਼ਹੀਦ ਕਾਈ ਤਾਰੀ ਸਿੰਘ ਕੇਸ ਸਮਾਲ ਦਸਤਾਰ ਕੇਂਦਰ, ਉਹਦੇ ਵਿੱਚ ਬੱਚੇ 10 ਸਾਲ ਤੋਂ ਲੈ ਕੇ ਤੇ 30 ਸਾਲ ਤੱਕ ਮੈਂਬਰ ਹੈ, ਜਾਨੀ ਜਿਹੜੇ 30 ਸਾਲ ਤੋਂ ਉੱਪਰ ਸੀ ਉਹ ਆਪਣੇ ਆਪ ਹੀ ਰਿਟਾਇਰ ਹੋ ਜਾਂਦੇ। ਅੱਛਾ ਜੀ। ਉਹ ਮੁੜ ਕੇ ਉਹਨਾਂ ਦੇ ਐਡਵਾਈਜ਼ਰ ਬਣ ਜਾਂਦੇ। ਚਲੋ ਮੈਨੂੰ ਵੀ ਉਹਨਾਂ ਕਿਹਾ ਸਾਡੀ ਮਦਦ ਕਰੋ, ਮੈਂ ਕਰਤੀ ਜੀ। ਜਥੇਦਾਰ ਗਿਆਨੀ ਜਗਿੰਦਰ ਸਿੰਘ ਮਜ਼ਾਰਤੀ ਹੁੰਦੇ ਸੀ, ਜਦੋਂ ਦੱਸਿਆ ਡਾਇਰੈਕਟ ਬੈਠਕ ਗਿਆ ਕਰਕੇ ਤੇ ਮੈਂ ਜ਼ਰੂਰ ਆਊ। ਪਹਿਲੀ ਵਾਰੀ ਉਹ ਆਏ ਤੇ 100 ਵਿਦਿਆਰਥੀ ਆਏ, ਬੱਚੇ ਆਏ ਉੱਥੇ ਜੀ। ਜਦੋਂ ਦੂਜੀ ਵਾਰੀ ਆਏ 500 ਆਏ, ਤੀਜੀ ਵਾਰੀ ਉਹ ਚੱਲੇ ਕਿਉਂਕਿ ਗਿਆਨੀ ਗੁਰਬਿੰਦ ਸੋਰੀ ਆ ਗਏ ਜੀ। ਜਿੱਦਣ ਉਹ ਜਥੇਦਾਰ ਜਥੇਬੰਦੀ ਦਾ ਇਹਨਾਂ ਦੇ ਇੱਕ ਮੈਂਬਰ ਨੇ ਬੇੜਾ ਗਰ ਕੀਤਾ ਸੀ, ਜਿਹਨੇ ਮੁੜਿਆਂ ਨੂੰ ਦਬਕੇ ਮਾਰਿਆ, ਜਿਹੜਾ ਠੇਕਾ ਜਿਹਾ ਲੋਕਾਂ ਨੂੰ ਪੱਗਾਂ ਬਣਾਉਣ ਦਾ, ਅੱਲਾ ਦੱਸ ਏਡਾ ਕੁੱਤਾ ਮੈਂਬਰ ਸੀ ਉਹ, ਕਿ ਮਜੀਠੇ ਦਾ ਖਾਸਮ ਖਾਸ ਜੀ। ਉਹ ਨਾ ਉਹਦਾ ਮੈਂ ਕੀ ਲਵਾਇਆ ਹੋਜੇ ਬੰਦੇ ਦਾ, ਦੱਸੋ ਕੀ ਲੈਣਾ ਵੀ ਕੀ ਲੈ ਕੇ ਕਰਨਾ ਵੀ ਬਣਿਆ ਸੀਗਾ। ਜਿੱਦਣ ਉਹ ਮੈਨੇਜਰ ਬਣਿਆ ਸੀ, ਬਕਾਇਦਾ ਤੌਰ ਤੇ ਕਰਨਲ ਵਿੱਚ ਜਾ ਕੇ ਸ਼ਰਾਬ ਦੀ ਪਾਰਟੀ ਕੀਤੀ, ਬਰਗ ਮੁਸਮ ਚੱਲੇ ਸੀ ਉੱਥੇ ਨਾ। ਦੱਸੋ ਜੇ ਇਹੋ ਜਿਹੀਆਂ ਸੰਸਥਾਵਾਂ ਦੇ ਵਿੱਚ ਇਹੋ ਜਿਹੇ ਬੰਦੇ ਹੋਣਗੇ ਤੇ ਫਿਰ ਦੱਸੂਗਾ ਉੱਥੇ ਕੀ। ਜਿਹੜੇ 10 ਸਾਲ ਦੇ ਬੱਚੇ ਸੀ ਉਹਨਾਂ ਦੇ ਵਿੱਚੋਂ ਜਿਹੜਾ 15-16 ਸਾਲ ਦਾ 20 ਸਾਲ ਦਾ ਸੀ, ਉਹਨਾਂ ਬੱਚਿਆਂ ਦੀ ਰੋਜ਼ ਡਿਊਟੀ ਹੁੰਦੀ ਸੀ ਸਵੇਰੇ 7 ਵਜੇ ਤੋਂ ਲੈ ਕੇ ਤੇ 8 ਵਜੇ ਤੱਕ, ਸ਼ਾਮੀ 7 ਵਜੇ ਤੋਂ ਲੈ ਕੇ 9 ਵਜੇ ਤੱਕ। ਬਕਾਇਦਾ ਤੌਰ ਤੇ ਇੱਕ ਚਾਰਟ ਬਣਿਆ ਹੁੰਦਾ ਸੀ ਕਿ ਟਾਈਮ ਟੇਬਲ ਜਾਂ ਤੇਰੀ ਡਿਊਟੀ ਹੈ ਤੇਰੀ ਡਿਊਟੀ ਜੀ। ਜਿਹੜਾ ਵੀ ਬੱਚਾ ਪੱਗ ਸਿੱਖਣ ਵਾਸਤੇ ਉਹਨੂੰ ਪੱਗ ਵੀ ਸਿਖਾਈ ਜਾਂਦੀ, ਜੇ ਉਹ ਪੱਗ ਵੀ ਕੋਲੋਂ ਦਿੱਤੀ ਜਾਂਦੀ ਸ਼ੁਰੂ। ਉਹਨੂੰ ਕਹਿੰਦੇ ਸੀ ਪਹਿਲਾਂ ਜਾ ਕੇ ਬਾਬੇ ਦੇ ਮੱਥਾ ਟੇਕ ਕੇ, ਪਿੱਪਲੀ ਸਾਹਿਬ ਗੁਰਦੁਆਰਾ ਦੇ ਸੀ ਆਪਣੇ ਦਾ SCPC ਦਾ, ਉਹਦੇ ਵਿੱਚ ਮੱਕੜ ਸਾਹਿਬ ਵੇਖਰੀ ਮੈਂ ਕਿਹਾ ਮੱਕੜ ਸਾਹਿਬ ਆ ਗੱਲ, ਤੇ ਮੱਕੜ ਸਾਹਿਬ ਨੇ ਮਦਦ ਕੀਤੀ ਬੱਚਿਆਂ ਦੀ, ਇਹ ਗੱਲ ਨਹੀਂ ਕੀਤੀ ਜੀ। ਉਹ ਕਹਿੰਦੇ ਅੱਜ ਕੀ ਪੱਗਾਂ ਅਸੀਂ ਬੱਚਿਆਂ ਸਾਰਿਆਂ ਨੂੰ ਅਸੀਂ ਦਿਆਂਗੇ, ਚੰਗੀ ਗੱਲ ਮਾੜੀ ਗੱਲ ਕੋਈ ਨਹੀਂ। ਤੇ ਜਿਹੜੇ ਮਾਂ ਪਿਓ ਸੀਗੇ ਉਹਨਾਂ ਦੀਆਂ ਮਾਵਾਂ ਤੋਂ ਦੇ ਪੇਰੈਂਟਸ ਬੜੇ ਖੁਸ਼ ਕਿ ਸਾਡੇ ਬੱਚੇ ਜਿਹੜੇ ਨਸ਼ਿਆਂ ਤੋਂ ਬਚ ਜਾਣਗੇ, ਸਾਡੇ ਬੱਚੇ ਜਿਹੜੇ ਗੁੱਸੇ ਖਰਹਿ ਜਾਣਗੇ, ਚੰਗੇ ਪਾਸੇ ਲੱਗ ਗਏ ਨੇ। ਉਹਨਾਂ ਨੇ ਆਪਣੇ ਆਪ ਗ੍ਰਾਹੀ ਕਰਨੀ, ਘਰਾਂ ਤੋਂ ਲਿਆਉਣੇ ਪੈਸੇ, ਲਾਉਣੇ ਸਮਾਨ ਲਿਆਉਣਾ, ਉੱਥੇ ਆਪਣੀ ਕਮੇਟੀ ਬਣਾਈ ਸੀ ਉਹਨਾਂ ਨੇ, ਆਪ ਚਲਾਉਂਦੇ ਸਭ ਕੁਛ। ਜਦੋਂ ਭਾਜੀ ਤੁਸੀਂ 10 ਸਾਲ ਤੋਂ ਬੱਚੇ 30 ਸਾਲ ਦੇ ਬੱਚੇ ਨੂੰ ਪ੍ਰੇਰਿਤ ਕਰੋਗੇ, ਤੇ ਬਕਾਇਦਾ ਤੌਰ ਤੇ ਕੰਪੀਟੀਸ਼ਨ ਹੁੰਦੇ ਸੀ ਉੱਥੇ ਜੀ, ਪੱਗ ਦਾ ਕੰਪੀਟੀਸ਼ਨ ਹੁੰਦਾ ਸੀ। ਫਿਰ ਜਿਹੜੇ ਸੀ ਆ ਜਿਹੜੇ ਸਾਡੇ ਸਿੱਖ ਇਤਿਹਾਸ ਦਾ ਕੰਪੀਟੀਸ਼ਨ ਕੰਪੀਟੀਸ਼ਨ ਹੁੰਦਾ ਸੀਗਾ, ਤੇ ਜਿਹੜੇ ਬੱਚੇ ਪਹਿਲੇ ਦੂਸਰੇ ਤੀਸਰੇ ਨੰਬਰ ਤੇ ਆਉਂਦੇ ਸੀ ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਸੀਗੇ ਜੀ। ਤੇ ਬਾਕੀ ਹਰ ਇੱਕ ਬੱਚੇ ਨੂੰ, ਹਰ ਬੱਚਾ ਹੁੰਦਾ ਸੀ ਉਹਨੂੰ ਕੁਛ ਨਾ ਕੁਛ ਦੇ ਕੇ ਤੁਰਿਆ ਜਾਂਦਾ ਸੀ, ਬੱਚਾ ਦੂਜੀ ਵੀ ਫਿਰ ਆਵੇ। ਇਹੋ ਜਿਹੀਆਂ ਸੰਸਥਾਵਾਂ ਦੀ ਡਟ ਕੇ ਮਦਦ ਕਰਨੀ ਚਾਹੀਦੀ ਹੈ, ਤੇ ਉਹ ਮੈਨੇਜਰ ਨੇ ਬੇੜਾ ਗਰਕ ਕਰਤਾ ਤੇ ਕਿਸੇ ਕੰਜਰੇ ਰੋਕਿਆ ਨੀ ਉਹਨੂੰ। ਚਲੋ ਇਹਨਾਂ ਦਾ ਤਾਂ ਆਪਾਂ ਦੇਈਏ ਜੀ ਵਧਾਈ, ਕਹਿੰਦੇ ਚੰਗਾ ਕੰਮ ਕਰ ਰਿਹਾ ਪਿਛਲੇ ਲੰਮੇ ਸਮੇਂ ਤੋਂ ਬਾਈ। ਬਿਲਕੁਲ ਜੀ, ਬਿਲਕੁਲ ਬਿਲਕੁਲ, ਚੰਗੀ ਗੱਲ, ਬਹੁਤ ਚੰਗੀ ਗੱਲ, ਅਸੀਂ ਕਹਿੰਦੇ ਬਹੁਤ ਚੰਗੀ ਗੱਲ, ਜੇ ਬੱਚੇ ਬਚ ਰਹੇ ਤੇ ਬਚਾ ਲਓ। ਬਿਲਕੁਲ ਜੀ, ਐਂ ਬਚਣਗੇ, ਇਹੀ ਤਰੀਕਾ ਬਚਾਉਣ ਦਾ। ਤੇ ਹੁਣ ਆਪਾਂ ਗੱਲ ਕਰਦੇ ਜੀ, ਰਾਮ ਰਹੀਮ ਵੀ ਬਲਾਤਕਾਰੀ ਪਿਓ ਬਣਿਆ ਫਿਰਦਾ, ਉਹਦੀ ਵੀ ਜ਼ਮਾਨਤ ਦੀ ਗੱਲ ਹੈ। ਇੱਕ ਬਲਾਤਕਾਰੀ ਪਿਓ ਨੂੰ ਅਦਾਲਤ ਨੇ 20 ਸਾਲਾਂ ਦੀ ਸਜ਼ਾ ਦਿੱਤੀ ਹੈ। ਦੇਖੋ, ਇੱਕ ਪਾਸੇ ਬਾਪੂ ਆਸਾ ਰਾਮ ਜਿਹਨੂੰ 2 ਕੇਸਾਂ ਜਿਹੜੀਆਂ ਉਮਰ ਕੈਦ ਹੋ ਚੁੱਕੀ ਹੈ, ਤੇ 1 ਦਿਨ ਦੀ ਉਹਨੂੰ ਪਰੋਲ ਦਿੱਤੀ। ਨਾ ਨਾ ਨਾ, ਤੇ ਦੂਜੇ ਪਾਸੇ ਬਲਾਤਕਾਰੀ ਵੀ ਹੈ ਤੇ ਕਾਤਲ ਵੀ ਹੈ। ਸਾਧਵੀ ਬਲਾਤਕਾਰ ਕੇਸ ਦੇ ਵਿੱਚ, ਰਾਮ ਚੰਦਰ ਛਤਰਪਤੀ ਦੇ ਕੇਸ ਦੇ ਵਿੱਚ ਜੀ, ਤੇ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ, ਉਮਰ ਕੈਦ ਦੀ ਸਜ਼ਾ ਹੋ ਚੁੱਕੀ।
ਉਹਨਾਂ ਨੂੰ ਬਕਾਇਦਾ ਤੌਰ ਤੇ ਤੁਸੀਂ ਪਰੋਲ ਦੇ ਰਹੇ ਹੋ, ਪਰੋਲ ਜਿਹੜੀ 6 ਮਹੀਨੇ ਬਾਅਦ ਮਿਲਦੀ ਹੈ ਤੁਸੀਂ 3 ਮਹੀਨੇ ਬਾਅਦ ਦੇ ਰਹੇ ਹੋ ਜੀ। ਇਸ ਚੀਜ਼ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਨੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਉਹ ਹਾਈਕੋਰਟ ਚਲੇ ਗਏ, ਇਹਦੀ ਪਰੋਲ ਰੱਦ ਕੀਤੀ ਜਾਵੇ ਕਿਉਂਕਿ ਸਮਾਜ ਅਸਾਵਾਪਨ ਪੈਦਾ ਹੋ ਰਿਹਾ। ਮੈਂ ਇੱਕ ਗੱਲ ਇਹਨੂੰ ਕਹੂੰਗਾ, ਸਿਆਲਕਾ ਸਾਹਿਬ ਜਦੋਂ ਬਕਾਇਦਾ ਤੌਰ ਤੇ ਮਾਫ਼ੀ ਦਿੱਤੀ ਗਈ ਸੀ ਉਦੋਂ ਵੀ ਮੈਂਬਰ ਸੀ ਜੀ, ਜਦੋਂ ਵਾਪਸ ਲਈ ਗਈ ਤੁਸੀਂ ਉਦੋਂ ਵੀ ਮੈਂਬਰ ਸੀ, ਜਦੋਂ ਇਹ ਅਕਾਲ ਤਖ਼ਤ ਤੇ ਪੇਸ਼ ਹੋਏ ਤੁਸੀਂ ਉਦੋਂ ਵੀ ਮੈਂਬਰ ਸੀ ਜੀ, ਲੇਕਿਨ ਉਦੋਂ ਤੁਸੀਂ ਕਦੀ ਚੂ ਝਿੜਕ ਨੀ ਕੀਤੀ, ਚੂ ਨੀ ਕੀਤੀ ਵੀ ਕਦੇ ਮੈਂ ਆਪਣਾ ਕੋਈ ਬਿਆਨ ਨੀ ਦੇ ਸਕਦਾ। ਚੰਗੀ ਗੱਲ ਤੁਸੀਂ ਕੋਰਟ ਚ ਕਿਹਾ ਤੇ ਸੁਪਰੀਮ ਕੋਰਟ ਨੇ ਫਾਈਲ ਹੱਥ ਫੜਾਤੀ ਨੇ ਜੋ ਵਾਪਸ ਜੀ, ਵੀ ਤੁਹਾਡੀ ਇਹ ਜਿਹੜੀ ਪਲੀ ਤੁਸੀਂ ਲਈ ਇਹ ਬਣਦੀ ਨੀ, ਉਹ ਵਾਪਸ ਕਰ ਲਈ, ਇਹਨਾਂ ਕਦਰ ਵੀ ਵਾਪਸ ਲੈ ਲਈ ਅਸੀਂ ਤੇ ਨਵੇਂ ਸਿਰੋਂ ਫਿਰ ਅਪਲਾਈ ਕਰਾਂਗੇ ਤੇ ਇਹ ਜਿਹੜਾ ਸਕੱਤਰ ਹੈ ਪ੍ਰਤਾਪ ਸਿੰਘ ਜਿਹੜਾ ਐਸ ਸੀ ਪੀ ਉਹ ਕਹਿੰਦਾ ਅਸੀਂ ਦੁਬਾਰਾ ਕਰ ਦਿੱਤੀ ਹੈ ਜੀ, ਕੀ ਕਰੋਗੇ ਕਰਕੇ। ਕੋਰਟ ਕਹੇ ਜੀ ਇਹ ਸਰਕਾਰ ਦਾ ਮਾਮਲਾ ਵਾ, ਡੀ ਸੀ ਨੇ ਦਿੱਤੀ ਪਰੋਲ ਨੂੰ, ਅਸੀਂ ਪਰੋਲ ਕੋਈ ਨਹੀਂ ਦਿੱਤੀ, ਠੀਕ ਆ, ਵੱਧ ਤੋਂ ਵੱਧ ਜਵਾਬ ਲਈ ਵੀ ਕਰਨੇ ਜਰੂਰੀ ਕੀ ਕਰਨਗੇ। ਚਾਹੀਦਾ ਦਾਮੇ ਵਾਲੀਆ ਸਾਹਿਬ ਇਹ ਆ ਕਿ ਛੋਟੀ ਲਕੀਰ ਦੇ ਲਾਗੇ ਵੱਡੀ ਲਕੀਰ ਖਿੱਚੋ ਜੇ ਤੁਹਾਡੇ ਚ ਦਮ ਹੈਗਾ, ਉੱਥੇ ਤੇ ਉਹਦੇ ਡੇਰੇ ਦੇ ਵਿੱਚ ਜਿਹੜੇ ਲੋਕ ਰਹਿੰਦੇ ਉਹਨਾਂ ਨੂੰ ਰੁਜ਼ਗਾਰ ਵੀ ਦਿੱਤਾ, ਉਹਨਾਂ ਨੂੰ ਤਨਖਾਹ ਵੀ ਮਿਲਦੀ, ਉਹ ਕੰਮ ਵੀ ਕਰਦੇ, ਸਭ ਕੁਛ ਮਿਲਦਾ ਉਹਨੂੰ, ਤੇ ਤੁਹਾਡੇ ਕੋਲ ਵੀ ਆਵੇ ਤਾਂ ਤੁਸੀਂ ਕਿਹਨੇ ਲਿਖਿਆ ਹੁੰਦਾ ਇੱਥੇ ਸ਼੍ਰੋਮਣੀ ਕਮੇਟੀ ਚ ਤਤਪਰਤੀ ਬੰਦ ਹੈ, ਬੰਦ ਹੈ ਤੇ ਮਗਰਲੇ ਦਰਵਾਜੇ ਖੁੱਲੇ ਹੀ ਰਹਿੰਦੇ, ਕੁੰਡਾ ਹੀ ਨੀ ਹੁੰਦਾ ਉਹਨਾਂ ਦੇ, ਉਹ ਖੁੱਲੇ ਰਹਿੰਦੇ, ਕੁੰਡਾ ਹੀ ਬੰਦ ਹੁੰਦਾ ਉੱਥੇ ਖੁੱਲੇ ਰਹਿੰਦੇ। ਇਹਨਾਂ ਦਾ ਸਕੱਤਰ ਜੇ ਕਿਤੇ ਚੌਕੀਦਾਰ ਦਾ ਟੈਸਟ ਪਾਸ ਕਰ ਜਾਂਦਾ ਤੇ ਮੈਂ ਖੁਦ ਬੜਾ ਬਹਾਦਰ ਹਾਂ, ਇਹੋ ਜਿਹੇ ਬੰਦੇ ਸਕੱਤਰ ਲਾਏ, ਮਨਜੀਤ ਸਿੰਘ ਕਲਕੱਤੇ, ਕਲਕੱਤੇ ਤੋਂ ਬਾਅਦ ਇਹਨਾਂ ਨੂੰ ਕੋਈ ਚਾਹੀਦਾ ਸਕੱਤਰ ਮਿਲੇ ਹੀ ਨੀ, ਮੁੜ ਪੜ੍ਹੇ ਲਿਖੇ ਆਏ ਨੇ ਨਾ, ਕਿਉਂ ਹਰਿੰਦਰ ਸਿੰਘ ਖਾਲਸਾ ਆਇਆ ਤੇ ਫਿਰ ਉਹ ਆਇਆ ਗੁਰਬਚਨ ਸਿੰਘ ਆਇਆ, ਫਿਰ ਇੱਕ ਆ ਜਿਹੜਾ ਮੈਨੇਜਰ ਆਇਆ ਸੀ ਬੈਂਕ ਦਾ, ਲੇਕਿਨ ਜੋ ਕਲਕੱਤੇ ਦਾ ਸੀ ਨਾ ਉਹ ਬੜੀ ਨੌਲੇਜ ਸੀ, ਕਲਕੱਤਾ ਇੱਕ ਵਾਹਿਦ ਬੰਦਾ ਸੀ ਜਿਹੜਾ ਹੋਮ ਸੈਕਟਰੀ ਆਫ ਇੰਡੀਆ ਦਾ ਆਪਣੇ ਦਫ਼ਤਰ ਤੇ ਬੈਠਿਆ ਲਾਈਟਿੰਗ ਕੱਲ ਮੁਕਰ ਗੱਲ ਕਰ ਲੈਂਦੇ ਦੱਸੋ, ਤੇ ਜਿੰਨੀਆਂ ਕੋਨੇ ਇੱਥੇ ਛੋਟਾ ਦਵਾਈਆਂ ਸੀ ਉਹ ਕਲਕੱਤੇ ਦੇ ਟਾਈਮ ਤੇ ਮਿਲੀਆਂ, ਉਸ ਤੋਂ ਬਾਅਦ ਨਹੀਂ ਮਿਲੀਆਂ। ਜਹਿੰਦਰ ਗੁਰਚੰਦ ਸਿੰਘ ਤੋੜਾ ਐਵੇਂ ਨੀ ਕਹਿੰਦਾ ਉਹ ਯਾਰ ਮਨਜੀਤ ਨੂੰ ਆਪੇ ਹੀ ਸਾਈਨ ਮਾਰ ਲਾ, ਮੇਰੀ ਕੋਈ ਗੱਲ ਦੱਸੋ ਇੱਥੋਂ ਤੱਕ ਛੋੜ ਬਣੀ ਸਕਦੀ। ਦੁਬਾਰਾ ਜੇ ਫੈਕਟਰੀ ਕਹਿੰਦਾ ਤੁਸੀਂ ਫਿਰ ਪਾਤੀ ਆ, ਸੁਣਾਈ ਕੀ ਹੁੰਦੀ ਆ, ਡੇਟ ਪੈਂਦੀ ਕੀ ਨੀ ਪੈਂਦੀ, ਉਹ ਚੋਂ ਵਾਪਸ ਚੱਲ ਜਾਣਾ, ਜਿੰਨੇ ਚੋਂ ਡੇਟ ਪੈਣੀ ਉਹ ਚੋਂ ਉਹਦੀ ਪਰੋਲ ਖਤਮ ਹੋ ਜਾਣੀ, ਵਾਪਸ ਚੱਲ ਜਾਣਾ, ਉਹਨੇ ਕਹਿੰਦੇ ਹੁਣ ਲੋੜ, ਹਾਈਕੋਰਟ ਨੇ ਕਹਿੰਦੇ ਹੁਣ ਲੋੜ ਨੀ, ਉਹ ਗੱਲ ਮੁੱਕ ਜਾਣੀ ਉੱਥੇ। ਚਾਹੀਦਾ ਇਹ ਆ ਦਾਨੇ ਵਾਲੀਆ ਸਾਹਿਬ ਇਹਨਾਂ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਜਿਹੜਾ ਸੀ ਕੋਰਟ ਨਹੀਂ ਲੈ ਕੇ ਜਾਣਾ, ਘਰੇ ਬਹਿ ਕੇ ਸੁਲਝਾ ਲੈਂਦੇ, ਇਹਨਾਂ ਨੂੰ ਇੱਥੇ ਮੂਵਮੈਂਟ ਤਿਆਰ ਕਰਨੀ ਚਾਹੀਦੀ, ਇੱਕ ਸਿੱਖਾਂ ਨੂੰ ਤਿਆਰ ਕਰਦੇ ਨਹੀਂ ਵੀ ਸ਼੍ਰੋਮਣੀ ਕਮੇਟੀ ਤੋੜ ਰਹੇ ਜੇ ਜਿਹੜੀ ਬੜੀ ਮੁਸ਼ਕਲ ਨਾਲ ਬਣਾਈ ਸੀ, ਤੇ ਮੈਂ ਇਹ ਵੀ ਦੱਸ ਦਿਆਂ ਸ਼੍ਰੋਮਣੀ ਕਮੇਟੀ ਵਾਸਤੇ ਸਾਡਾ ਇੱਕ ਵੀ ਬੰਦਾ ਜੇਲ੍ਹ ਚ ਨਹੀਂ ਗਿਆ, ਇੱਕ ਵੀ ਬੰਦੇ ਨੂੰ ਕੋਈ ਤਰਦਰ ਨਹੀਂ ਕਹਿਤਾ, ਇਹ ਤੇ ਸਰਕਾਰ ਦੀ ਅੰਗਰੇਜ਼ਾਂ ਦੀ ਆਪਣੀ ਪਾਲਿਸੀ ਸੀ ਵੀ ਸਿੱਖਾਂ ਨੂੰ ਵੰਡਣ ਵਾਸਤੇ ਇੱਕ ਵਧੀਆ ਤਰੀਕਾ ਵੋਟਿੰਗ ਸਿਸਟਮ ਪਾ ਜਾਵੇ, ਬਿਲਕੁਲ ਬਿਲਕੁਲ, ਤੇ ਪਹਿਲੇ ਪ੍ਰਧਾਨ ਕਿਹੜੇ ਬਣਾਏ ਸੀਗੇ ਇਹਨਾਂ ਦੇ ਸਰਬਰਾ ਸਰਦਾਰ ਸੁੰਦਰ ਸਿੰਘ ਜੀਤੀਆ ਜੀ, ਇਸ ਕਰਕੇ ਇਹਨਾਂ ਨੂੰ ਚਾਹੀਦਾ ਮੂਵਮੈਂਟ ਤਿਆਰ ਕਰਨ ਲਈ, ਪਹਿਲਾਂ ਮੂਵਮੈਂਟ ਆ ਪਹਿਲਾਂ ਲੋਕ ਤਿਆਰ ਕਰਦੇ, ਐਮਰਜੈਂਸੀ ਦੇ ਮੋਰਚੇ ਦੇ ਵੇਤੇ ਗਿਆਨੀ ਗੁਰਬਖਸ਼ ਜਿਹੜੇ ਹੈਗੇ ਸੀ ਕਰਤਾਰ ਸਿੰਘ ਦਮਦਮੀ ਟਕਸਾਲ ਵਾਲੇ ਉਹਨਾਂ ਕੋਲ ਕਾਲੀ ਗਿਆ ਵੀ ਸਾਡੀ ਮਦਦ ਕਰੋ, ਕਿਤੇ ਪੰਜ ਬੰਦੇ ਨਹੀਂ ਸੀ ਮਿਲਦੇ ਇਹਨਾਂ ਨੂੰ ਜਿਹੜਾ ਸੀ ਉਹ ਗ੍ਰਿਫਤਾਰੀ ਵਾਸਤੇ ਜੀ, ਉਹਨਾਂ ਨੇ ਪੰਜਾਬ ਦੇ ਵਿੱਚ 37 ਜਿਹੜੇ ਸੀ ਮਾਰਚ ਕੀਤੇ ਤੇ 37 ਧਾਰਮਿਕ ਮਾਰਚ ਕੀਤੇ ਤੇ ਥਾਂ ਥਾਂ ਦੇ ਉੱਤੇ ਜੋ ਸਟੇਜਾਂ ਲਾਈਆਂ ਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਤੇ ਲੱਖਾਂ ਲੋਕ ਪਹੁੰਚ ਗਏ ਉੱਥੇ ਗ੍ਰਿਫਤਾਰੀ ਦੇਣ ਵਾਸਤੇ ਜੀ, ਏਦਾਂ ਦੀ ਮੂਵਮੈਂਟ ਚਲਾਓ ਲੋਕਾਂ ਦੇ ਵਿੱਚ ਕੁਛ ਕਰਨਾ ਤੇ ਤੇ ਪਰ ਦਾਨੇ ਵਾਲੀ ਸਾਹਿਬ ਜਿਹੜੇ ਉਹ ਜਥੇਦਾਰ ਸੀ ਨਾ ਉਹ ਬੂਟੀਆਂ ਵਾਲਾ ਜਿਹੜਾ ਝੋਲਾ ਹੁੰਦਾ ਸੀ ਇੱਕ ਉਹਦੇ ਵਿੱਚ ਇੱਕ ਪਰਨਾ ਹੁੰਦਾ ਸੀ ਇੱਕ ਇਸ਼ਾਰਾ ਹੁੰਦਾ ਸੀਗਾ ਜੀ, ਇੱਕ ਕਾਲ ਆਉਂਦੀ ਸੀ ਵੀ ਮੋਰਚਾ ਲੱਗ ਗਿਆ ਤੇ ਚੁੱਕ ਕੇ ਤੁਰ ਪੈਂਦੇ ਸੀ, ਲੱਗ ਤੁਰ ਪੈਂਦੇ ਸੀਗੇ,
ਹੁਣ ਤੇ ਬੰਟੀ ਤੇ ਚੰਟੀ ਤੇ ਸੰਨੀ ਤੇ ਰਾਜੂ ਤੇ ਸਾਧੂ ਤੇ ਜਹਿਦਰ ਸਾਡੇ ਬਣੇ ਤੇ ਕਰਨਾ ਕੀ ਹੈ ਜੀ। ਤੇ ਉਹ ਇੱਕ ਜਿਹੜੀ ਸਜ਼ਾ ਹੋਈ ਆ ਉਹ ਕਿਹਨੂੰ ਹੋਈ ਆ, ਕਿਵੇਂ ਹੋਈ ਆ ਜੀ, ਕੀ ਕਹਾਣੀ ਆ? 20 ਸਾਲ ਲਈ, 20 ਸਾਲ ਦੀ ਸਜ਼ਾ ਜਿਹੜੀ ਦੋ ਸਜ਼ਾਵਾਂ ਨੇ ਉਹ ਬਲਾਤਕਾਰ ਦੀ ਹੋਈ ਆ ਜੀ। ਇੱਕ ਲੇਡੀ ਸੀਗੀ, ਉਹਦੇ ਘਰ ਵਾਲੇ ਨਾਲ ਬਣਦੀ ਨੀ ਸੀ, ਉਹ ਕੁੱਟਮਾਰ ਕਰਦਾ ਸੀ ਤੇ ਉਹ ਛੱਡ ਕੇ ਉਹਨੂੰ ਤੇ ਉਹ ਇੱਕ ਬਾਬੇ ਕੋਲ ਆ ਜੀ। ਬਾਬਾ ਕਹਿੰਦਾ ਚੱਲ ਠੀਕ ਬੀਬੀ, ਮੈਂ ਵੀ ਵੇਹਲ ਆਈ ਆ, ਆਪਾਂ ਦੋਵੇਂ ਸ਼ਾਦੀ ਕਰ ਲਈਏ। ਉਹਨਾਂ ਸ਼ਾਦੀ ਕੀਤੀ ਜਾਂ ਨਹੀਂ ਕੀਤੀ ਤੇ ਕੋਈ ਜਾਣਕਾਰੀ ਨੀ, ਲੇਕਿਨ ਉਹ ਬੀਬੀ ਜਿਹੜੀ ਉਹਦੀ ਕੁੜੀ ਇੱਕ ਸੀ ਨਾਬਾਲਿਗ 13 ਸਾਲ ਜੀ, ਉਹਨੇ ਉਹ ਬੀਬੀ ਨਾਲ ਕੁੜੀ ਨਾਲ ਬਲਾਤਕਾਰ ਕਰਤਾ। ਜਦੋਂ ਉਹ ਬਲਾਤਕਾਰ ਕਰਤਾ ਤੇ ਕੁੜੀ ਨੇ ਫਿਰ ਆਪਣੀ ਮਾਂ ਨੂੰ ਗੱਲ ਦੱਸੀ ਤੇ ਉਹ ਫਿਰ ਮਾਮਲਾ ਥਾਣੇ ਚਲੇ ਗਿਆ ਤੇ ਥਾਣੇ ਜਾਣ ਤੋਂ ਬਾਅਦ ਫਿਰ ਪਰਚਾ ਦਰਜ ਹੋਇਆ। ਪਹਿਲੀ ਗੱਲ ਤੇ ਉਸ ਬੰਦੇ ਨੂੰ ਜਿਹੜੀ ਆ ਪੋਕਸੋ ਐਕਟ ਦੇ ਤਹਿਤ ਜਿਹੜੀ ਸੀ ਉਹ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਜਾਂ ਉਮਰ ਕੈਦ ਸਜ਼ਾ ਮਿਲਣੀ ਚਾਹੀਦੀ ਜੀ। ਕਿਉਂ ਮੈਂ ਤੁਹਾਨੂੰ ਉਹਦੇ ਨਾਲ ਦੂਜੀ ਦੂਜਾ ਵੀ ਦੱਸ ਦਿਆਂ। ਇੱਕ ਸਮਸਤੀਪੁਰ ਆ ਜੀ, ਸਮਸਤੀਪੁਰ ਉਹ ਹੈਗਾ ਵਾ ਬਿਹਾਰ ਦੇ ਵਿੱਚ ਜੀ, ਤੇ ਸਮਸਤੀਪੁਰ ਦੇ ਵਿੱਚ ਵੀ ਇੱਕ ਮੁੰਡਾ ਸੀਗਾ, ਉਹਦਾ ਨਾਂ ਹੈਗਾ ਸੀਗਾ ਕੋਈ ਮੇਰੇ ਖਿਆਲ ਸਦਾਮ। ਸਦਾਮ ਨੇ ਕੀ ਕੀਤਾ, ਇੱਕ 7 ਸਾਲ ਦੀ ਲੜਕੀ ਨੂੰ ਚੁੱਕਿਆ ਤੇ ਉਹਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਰੌਲਾ ਬਹੁਤ ਪਾਇਆ ਤੇ ਬਲਾਤਕਾਰ ਤੇ ਹੋਇਆ ਨਾ ਜੀ, ਤੇ ਗੁੱਸੇ ਚ ਆ ਕੇ ਉਹਨੂੰ 29 ਚਾਕੂ ਮਾਰ ਕੇ ਮਾਰਤਾ ਤੇ ਉਹ ਕੇਸ ਗਿਆ। ਇਹ 2022 ਦਾ ਕੇਸ ਸੀ ਸਤੰਬਰ ਦਾ। ਹੁਣ ਆ ਕੇ ਬਕਾਇਦਾ ਤੌਰ ਤੇ ਉਸ ਬੱਚੀ ਨੂੰ ਜਿਹੜੀ ਆ ਅਦਾਲਤ ਨੇ ਜਿਹੜਾ ਵਾ ਉਹਨੇ ਕਿਹਾ ਤੇ ਇਹਦੂ ਵੱਧ ਸਜ਼ਾ ਨਹੀਂ ਵੀ ਹੈਗੀ, ਮੌਤ ਦੀ ਸਜ਼ਾ ਦਿੱਤੀ ਜੀ। ਤੇ ਜਿਹੜਾ ਦੂਸਰਾ ਬਾਬਾ ਸੀਗਾ ਉਹ ਬਾਬੇ ਨੂੰ ਉਮਰ ਕੈਦ ਸਜ਼ਾ ਦੇ ਦਿੱਤੀ, ਭਾਈ ਤੂੰ ਉਮਰ ਕੈਦ ਜੇਲ ਚ ਰਿਹਾ ਜੀ ਜੀ ਜੀ। ਸੋ ਮੈਂ ਵੀ ਦੱਸਦਾ ਤੁਹਾਨੂੰ ਜੀ, ਸਮਸਤੀਪੁਰ ਦੇ ਵਿੱਚ ਹੋਇਆ ਕੀ ਆ। ਸਮਸਤੀਪੁਰ ਦੇ ਵਿੱਚ ਇੱਕ ਰੇਲਵੇ ਲਾਈਨ ਜਾਂਦੀ ਸੀ, 2 ਕਿਲੋਮੀਟਰ ਲੋਕੀ ਰੇਲਾਂ ਨੀ ਪੁੱਟ ਕੇ ਵੇਚ ਗਏ। ਅੱਛਾ, ਪੁੱਟ ਕੇ ਵੇਚ ਗਏ। ਹਾਂਜੀ, ਉਹ 2 ਕਿਲੋਮੀਟਰ ਕੀ ਸੀਗਾ, ਉਹ ਸੀਜ਼ਨਲ ਰੇਲ ਸੀਗੀ ਜੀ। ਸੀਜ਼ਨ ਇਸ ਕਰਕੇ ਵੀ ਮੇਨ ਦੇ ਉੱਤੋਂ ਜਾਂਦੀ ਸੀ, ਇੱਕ ਉਹ ਆਪਣੀ ਜਿਹੜੀ ਹੁੰਦੀ ਆ ਸ਼ੂਗਰ ਮਿਲ ਉੱਥੇ ਜਾਂਦੀ ਸੀ ਉਹ ਜੀ। ਉਹ ਤੇ ਜਾਣੀ ਉਦੋਂ ਹੀ ਜਦੋਂ ਕਿਤੇ ਸੀਜ਼ਨ ਅੱਗ ਪਿੱਛੇ ਬੰਦੀ ਰਹਿਣੀ ਆ। ਉਹ ਲੋਕ ਉੱਥੋਂ ਦੇ ਏਡੇ ਭੂਤ ਆ ਵੀ ਉਹ ਲਾਈਨ ਪੁੱਟ ਕੇ ਵੇਚ ਗਏ 2 ਕਿਲੋਮੀਟਰ ਦੇ ਜੀ। ਇਹ ਹਾਲ ਆ ਸਾਡੇ ਦੇਸ਼ ਦਾ। ਬਸ ਬਸ ਆਈ ਹੈ, ਹੋਰ ਕੁਛ ਖਾਸ ਜੀ ਜਾਣ ਤੋਂ ਪਹਿਲਾਂ? ਬਸ ਠੀਕ ਹੈ ਜੀ, ਬੜਾ ਹੋ ਗਿਆ ਜੀ। ਮਿਹਰਬਾਨੀ ਤੁਹਾਡੀ, ਸ਼ੁਕਰੀਆ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ ਜੀ, ਅਤੇ ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਾਂਗੇ, ਅਤੇ ਮੇਰੇ ਨਾਲ ਹੋਣਗੇ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ। ਸੋ ਤੁਸੀਂ ਵੀ ਜੇਕਰ ਇਸ ਪ੍ਰੋਗਰਾਮ ਦੇ ਵਿੱਚ ਕੋਈ ਐਡ ਚਲਾਉਣੀ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9780141741 ਤੇ 9780141 ਤੇ 97841 ਦੇ ਉੱਤੇ।